ਇਸ ਬੁਲਡੋਜ਼ਰ ਦਾ ਟੋਟੇ ਟੋਟੇ ਕਰਕੇ ਮਰੂੰਡੇ ਵਾਲੇ ਨੂੰ ਵੇਚ ਦਿਆਂਗਾ ਮੈਂ ਤੁਹਾਨੂੰ ਜ਼ਮਾਨ ਦਿੰਦਾ ਇਸ ਇਲਾਕੇ ਚ ਜਿਹੜੇ ਲੋਕ ਜਿਹੜੇ ਅਫਸਰ ਜਿਨ੍ਹਾਂ ਨੇ ਇੱਟਾ ਹੈਗਾ ਉਹਨਾਂ ਲੋਕਾਂ ਨੂੰ ਇੱਕ ਦਿਨ ਇਨਸਾਫ਼ ਦੇਣਾ ਪੈਣਾ ਇਹਦੇ ਕੇਸ ਚੱਲਣਗੇ ਉਹਨਾਂ ਲੋਕਾਂ ਦੇ ਉੱਤੇ ਜਿਹਨਾਂ ਲੋਕਾਂ ਨੇ ਸਾਡੀਆਂ ਜ਼ਮੀਨਾਂ ਦਾਗੀਆਂ ਕਿਤੇ ਰੱਬ ਦੇ ਮੌਕਾ ਮੈਨੂੰ ਤੁਸੀਂ ਕਹਿੰਦੇ ਆ ਬਾਹੂ ਗਸ਼ਤ ਸੀ ਪੂਰੇ ਜੰਮੂ ਦੀ ਰਾਖੀ ਕਰਕੇ ਦੱਸਾਂਗਾ ਤੁਹਾਨੂੰ ਮੈਂ ਤੁਸੀਂ ਕਹਿੰਦੇ ਹੋ ਤੁਹਾਡੀ ਜ਼ਮੀਨਾਂ ਦੀ ਰੈਗੂਲਰਾਈਜ਼ੇਸ਼ਨ ਨਹੀਂ ਆਉਂਦੀ ਮੈਂ ਫੈਲ ਲੈ ਕੇ ਜਾਵਾਂਗਾ ਚੀਫ ਸੈਕਟਰੀ ਤੱਕ ਕਿਸੇ ਚ ਜ਼ਰੂਰਤ ਨਹੀਂ ਹੋਏਗੀ ਮੇਰੀ ਫੈਲ ਤੇ ਕਿੰਤੂ ਬਿੰਦੀ ਵੀ ਮੇਰੀ ਮਰਜ਼ੀ ਦੇ ਬਗੈਰ ਲਾਏ ਸਾਥੀਓ ਮੇਰੇ ਕਾਰਪੋਰੇਟਰ ਸਾਹਿਬਾਨ ਬਲਾਕ ਪ੍ਰਧਾਨ ਔਰ ਪੂਰੀ ਇੱਕ ਲੀਡਰਸ਼ਿਪ ਦੀ ਲਾਈਨ ਖੜੀ ਹੈ ਇੱਥੇ ਤੁਸੀਂ ਸਰਪੰਚ ਸਾਹਿਬਾਨ ਨੇ ਤਾਜ਼ਿਮ ਸਾਹਿਬ ਨੇ ਹੋਰ ਕਿਤਨੇ ਹੀ ਸਾਥੀ ਸਾਡੇ ਬੈਠੇ ਨੇ ਨੈਸ਼ਨਲ ਕਾਨਫਰੰਸ ਦੇ ਜਿਹੜੇ ਨੇਤਾ ਨੇ ਉਹਨਾਂ ਨੂੰ ਤੁਸੀਂ ਸੁਣਿਆ ਬਹੁਤ ਸਾਰੇ ਸੱਜਣ ਚਿਹਰੇ ਆਪਣੇ ਵੀ ਐਵੇਂ ਵਾਕਫਕਾਰ ਮਾਫ਼ੀ ਚਾਹੁੰਦਾ ਗਲੇ ਦਾ ਤੁਹਾਨੂੰ ਪਤਾ ਇਸ ਲਈ ਇਸਤੇਮਾਲ ਜ਼ਿਆਦਾ ਅਸੀਂ ਥੋੜ੍ਹਾ ਜਿਹਾ ਜ਼ੋਰ ਵੀ ਜ਼ਿਆਦਾ ਲਾਉਂਦੇ ਹਾਂ ਅਤੇ ਕਿਤੇ ਵਾਧਾ ਘਾਟਾ ਹੋ ਜਾਂਦਾ ਲੇਕਿਨ ਗੱਲ ਇਹ ਹੈ ਕਿ ਜ਼ਿਲ੍ਹੇ ਇਹਨਾਂ ਦੀਆਂ ਜਾਤੀਆਂ ਯਾਦ ਆਉਂਦੀਆਂ ਨਾ ਜਿਹੜੇ 10 ਸਾਲ ਗੁਜ਼ਰੇ ਨੇ ਨਾ ਸਾਡੇ ਆਜ਼ਾਬ 'ਚ ਗੁਜ਼ਰੇ ਨੇ ਉਹ ਮੈਨੂੰ ਕੱਲ ਕੋਈ ਸ਼ਾਮ ਨੂੰ ਜਿਲ੍ਹੇ ਗਿਆ ਕਹਿੰਦੇ ਜੀ ਇਸ ਤਰ੍ਹਾਂ ਗੱਲਾਂ ਚੱਲ ਪਈਆਂ ਦੇਖੋ ਚੰਗਾ ਕੰਮ ਕਰੋ ਤੇ ਸਵਰਗ ਤੇ ਨਰਕ ਦੀਆਂ ਗੱਲਾਂ ਚੱਲ ਪਈਆਂ ਮੈਂ ਕਿਹਾ ਅਸੀਂ ਤੇ 10 ਸਾਲ ਪਹਿਲਾਂ ਹੀ ਕੱਟ ਰਿਹਾ ਨਰਕ ਹੋਰ ਕਿੰਨਾ ਬਣਾਉਣਾ ਸਾਡੇ ਕੋਲੋਂ ਭੁੱਲ ਹੋ ਗਈ ਸੀ ਲੋਕਾਂ ਕੋਲੋਂ ਭੁੱਲ ਹੋ ਗਈ ਸੀ ਲੋਕਾਂ ਨੇ ਸੋਚਿਆ ਪਤਾ ਨੀ ਕਿਹੜੀ ਦੁਨੀਆਂ ਦੇ ਵਿੱਚੋਂ ਆਉਣਾ ਇਹਨਾਂ ਲੋਕਾਂ ਨੇ ਰਾਜ ਕਰਨ ਪਤਾ ਨੀ ਕੀ ਹੋਣਾ ਮੈਂ ਕੱਲ ਵੀ ਗੱਲ ਕੀਤੀ ਸਾਡੇ ਬਜ਼ੁਰਗਾਂ ਨੇ ਇੱਕ ਚਾਹੇ ਉਹ ਹਿੰਦੂ ਸੀ ਚਾਹੇ ਸਿੱਖ ਸੀ ਤੇ ਚਾਹੇ ਮੁਸਲਮਾਨ ਸੀ ਉਸ ਵਕਤ ਦੇ ਬਜ਼ੁਰਗਾਂ ਨੇ ਇਕੱਠੇ ਹੋ ਕੇ ਕਹਿੰਦੇ ਨੇ ਕਦੀਮ ਜ਼ਮਾਨੇ ਦੇ ਇਕੱਠੇ ਹੋ ਕੇ ਉਹਨੇ ਕਿਹਾ ਕਿ ਬਈ ਜਿਹੜੀ ਬੇਵਾ ਹੋਏਗੀ ਨਾ ਇਹ ਸਾਰੀਆਂ ਬਰਾਦਰੀਆਂ ਰਲ ਕੇ ਉਹਦੀ ਮਦਦ ਕਰਨਗੀਆਂ ਉਹਨੂੰ ਉਹ ਚਿੱਟਾ ਦੁਪੱਟਾ ਇਸ ਕਰਕੇ ਦਿੱਤਾ ਕਿ ਦੂਰੋਂ ਪਛਾਣ ਹੋ ਜਾਏ ਕਿ ਇਹਦੇ ਸਿਰ ਦਾ ਸਾਈ ਨਹੀਂ ਹੈ ਇਹਦੀ ਮਦਦ ਕਰਨੀ ਹੈ ਇਹਦੇ ਰਹਿਮ ਕਰਨੀ ਹੈ ਤੇ ਉਹ ਸਰਕਾਰ ਹੈ ਜਿਹਨੇ ਚਿੱਟੇ ਦੁਪੱਟੇ ਦਾ ਜਿਹੜਾ ਨਾ ਕੋਈ ਮਾਣ ਨਹੀਂ ਰੱਖਿਆ ਉਸ ਵਿਚਾਰੀ ਨਾਲ ਵੀ ਧੱਕਾ ਕੀਤਾ ਤੁਸੀਂ ਉਸ ਨਾਲ ਧੱਕਾ ਕਰਦੇ ਜਿਹਦਾ ਕੋਈ ਸਿਰ ਦਾ ਸਾਈ ਜਿੰਦਾ ਤੁਸੀਂ ਉਹਦੇ ਨਾਲ ਧੱਕਾ ਕੀਤਾ ਉਸ ਜਿਹੜੇ ਉਸ ਘਰ ਚ ਦਰਗਾਹ ਚ ਉਸਦੀ ਸ਼ਾਇਦ ਸਭ ਤੋਂ ਪਹਿਲਾਂ ਸੁਣੀ ਜਾਏ ਇਹਨਾਂ ਨੇ ਬੇਵਾ ਦੀ ਪੈਨਸ਼ਨ ਖੋਲੀ ਤੇ ਉਹ ਪਾਰਟੀ ਹੈ ਔਰ ਬੀਜੇਪੀ ਦੇ ਕਿਸੇ ਲੀਡਰ ਨੇ ਆਵਾਜ਼ ਨਹੀਂ ਚੱਕੀ ਅੱਜ ਘਰ ਘਰ ਇੱਕ ਘਰ ਛੱਡ ਕੇ ਦੂਆ ਤਰੀਆ ਗਲੀ ਛੱਡ ਕੇ ਕੋਈ ਨਾ ਕੋਈ ਬੱਚਾ ਚਿੱਟੇ ਨਾਲ ਮਰ ਰਿਹਾ ਅੱਜ ਮਰ ਰਿਹਾ ਅਸੀਂ ਦੁਖੀ ਹਾਂ ਸਾਰੇ ਲੇਕਿਨ ਬੀਜੇਪੀ ਵਾਲਿਆਂ ਨਾਲ ਗੱਲ ਕਰੋ ਉਹਨਾਂ ਕੋਲ ਗੱਲ ਹੈ ਇਸ ਸ਼ਹਿਰ ਚ ਸ਼ਰਾਬ ਦੀਆਂ ਦੁਕਾਨਾਂ ਬਣਾ ਕਿਸ ਤਰ੍ਹਾਂ ਵਧਾਣੀਆਂ ਨੇ ਉਹਨਾਂ ਕੋਲ ਗੱਲ ਹੈ ਕਿ ਟੈਕਸ ਹੋਰ ਕਿਸ ਤਰ੍ਹਾਂ ਠੋਕਣਾ ਤੁਹਾਡੇ ਉੱਪਰ ਉਹਨਾਂ ਕੋਲ ਗੱਲ ਹੈ ਕਿ ਜਿਹੜਾ ਸਕੂਲ ਖੁੱਲੇ ਦੇ ਨੇ ਬੰਦ ਕਿਸ ਤਰ੍ਹਾਂ ਕਰਨੇ ਨੇ ਹੋਰ ਜਿਹੜੇ ਬਾਹਰ ਦੀਆਂ ਵੱਡੀਆਂ ਵੱਡੀਆਂ ਬ੍ਰਾਂਚਾਂ ਨੇ ਉਹ ਸਕੂਲ ਆਉਣੇ ਨੇ ਇੱਥੇ ਜਿਹਦੀ ਫੀਸ ਤੁਸੀਂ ਦੇ ਨਹੀਂ ਪਾਉਣਾ ਇਹਨਾਂ ਕੋਲ ਗੱਲ ਹੈ ਕਿ ਬਿਜਲੀ ਦਾ ਬਿੱਲ ਵਧਾਉਣਾ ਕਿਸ ਤਰ੍ਹਾਂ ਇਹਨਾਂ ਕੋਲ ਗੱਲ ਹੈ ਕਿ ਪਾਣੀ ਦਾ ਮੀਟਰ ਦੇ ਉੱਤੇ ਤੁਹਾਡਾ ਤੁਸੀਂ ਪਾਣੀ ਦਾ ਮੀਟਰ ਲੱਗਣਾ ਕਿ ਤੁਸੀਂ ਕਿੰਨੇ ਲੀਟਰ ਪਾਣੀ ਇਸਤੇਮਾਲ ਕੀਤਾ ਉਹਦੇ ਹਿਸਾਬ ਨਾਲ ਚੱਲਣਾ
ਮੈਂ ਕਿਹਾ ਜੇ ਤੁਸੀਂ ਇਹਾਂ ਮੀਟਰ ਲਾਣਾ ਪਾਣੀ ਪਰ ਉਹ ਕਿਸਾਨ ਤੇ ਅੱਗੇ ਮਰਿਆ ਦਾ ਉਹਦਾ ਲੀਟਰ ਕਿੰਨਾ ਪਿਆ ਉਹ ਤੇ ਗਿਆ ਮਾਰ ਪਹਿਲੇ ਜੀ ਉਹਨੇ ਕਿ ਫਸਲ ਲਾਣੀ ਹੈ ਤੁਸੀਂ ਸੋਚੋ ਕਿ ਅੱਗੇ ਆਉਣ ਵਾਲੇ ਦਿਨਾਂ ਚ ਸਾਰੇ ਯਾਦ ਰੱਖਿਓ ਤੁਹਾਡੇ ਗਿੱਟੇ ਨਾਲ ਮੀਟਰ ਲਾਣਾ ਕਿ ਤੁਸੀਂ ਸੜਕ ਕਿੰਨੀ ਕਸਾਈ ਹੈ ਸ਼ਾਮੀ ਪੈਸੇ ਸੁੱਟੇ ਤੇ ਉਹ ਸਰਕਾਰ ਹੈ ਜ਼ਾਲਮ ਤੁਸੀਂ ਇਮਾਨਦਾਰੀ ਨਾਲ ਕਹਿ ਰਹੇ ਹੋ ਇਹ ਹੱਸਣੇ ਦੀ ਗੱਲ ਨਹੀਂ ਜੇ ਲੱਗ ਜਾਣਾ ਜੇ ਦੇਖੋ ਤੁਸੀਂ ਬਾਹਰ ਦੀਆਂ ਸਰਕਾਰਾਂ ਦੇ ਵਿੱਚ ਉਹ ਕਹਿੰਦੇ ਨੇ ਜੇ ਕੋਈ ਬੰਦਾ ਕਾਨੂੰਨ ਦੀ ਉਲੰਘਣਾ ਕਰੇ ਉਹਦੇ ਗਿੱਟੇ ਤੇ ਮੀਟਰ ਲਾ ਖੜਦੇ ਨੇ ਕਿ ਇੰਨੇ ਕਿਲੋਮੀਟਰ ਤੋਂ ਬਾਹਰ ਗਿਆ ਟੀ 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 ਦੀ ਬਾਹਰ ਆਉਂਦੀ ਹੈ ਨਾਲ ਲੋਕੇਸ਼ਨ ਆਉਂਦੀ ਹੈ ਠੱਲ ਕਰਕੇ ਪੁਲਿਸ ਫੜ ਲੈਂਦੀ ਹੈ ਤੇ ਤੁਹਾਡਾ ਵੀ ਮੀਟਰ ਫਿੱਟ ਹੋ ਜਾਣਾ ਦਿਹਾੜੀ 10 ਕਿਲੋਮੀਟਰ ਤੋਂ ਫਾਲਤੂ ਚੱਲਿਆ ਕਿਲੋਮੀਟਰ ਤੋਂ ਫਾਲਤੂ ਚੱਲਿਆ ਤੇਰੇ ਇੰਨਾ ਹੀ ਇਹ ਤੁਸੀਂ ਦੇਖਣਾ ਇਹ ਉਹ ਜ਼ਾਲਮ ਸਰਕਾਰ ਹੈ ਇਹ ਸਾਰੇ ਦੇ ਸਾਰੇ ਇੱਕ ਨੰਬਰ ਦੇ ਝੂਠੇ ਨੇ ਅੱਜ ਕਹਿੰਦੇ 5 ਲੱਖ ਨੌਕਰੀਆਂ ਦੇ ਦਿਆਂਗੇ ਮੈਂ ਕਿਹਾ ਵੀ ਤੁਹਾਡੇ ਕਿੰਨੇ ਹੱਥ ਬੰਦੇ ਨੇ ਤੁਸੀਂ ਪਹਿਲਾਂ ਕਰ ਲੈਣਾ ਜਿਹੜੇ ਡੇਲੀ ਵੇਜਰ ਨਹੀਂ ਪੱਕੇ ਕਰ ਸਕੇ ਉਹ ਕਹਿੰਦੇ ਤੁਹਾਨੂੰ ਬੱਕੀਆਂ ਨੌਕਰੀਆਂ ਦਿਆਂਗੇ ਮੇਰੇ ਪਾਸ ਹੈ ਨੰਬਰ ਔਰ ਸਮਝਾਉਣ ਲੱਗਦੇ ਨੇ ਇਸ ਤਰ੍ਹਾਂ ਉਹ ਕਹਿੰਦੇ ਇੱਕ ਵਾਰੀ ਨਾ ਕੋਈ ਕਾਂ ਮਰਨ ਲੱਗਾ ਕਾਂ ਮਰਨ ਲੱਗਾ ਨਾ ਤੇ ਉਹਨੇ ਆਪਣੇ ਨਿੱਕੇ ਬੱਚੇ ਨੂੰ ਬੁਲਾਇਆ ਉਹਨੇ ਕਿਹਾ ਪੁੱਤਰਾ ਜਿਲੇ ਕੋਈ ਇਸ ਤਰ੍ਹਾਂ ਹੋਏ ਨਾ ਤੇ ਸਮਝ ਲਈ ਬੱਟਾ ਚੁੱਕਣ ਲੱਗਾ ਤੇਰੀ ਮੌਤ ਆ ਗਈ ਹੈ ਉਹਨੇ ਕਿਹਾ ਜੇ ਅੱਗੇ ਬੁੱਕਲ ਚ ਦਿੱਤਾ ਤਾਂ ਬੱਟਾ ਫੇਰ ਕਹਿੰਦਾ ਤੈਨੂੰ ਸਮਝਾਉਣ ਦੀ ਲੋੜ ਨਹੀਂ ਹੈ ਇਸ ਕਰਕੇ ਇੱਕ ਤੁਹਾਨੂੰ ਬਹੁਤੀਆਂ ਕਿਹ ਸੁਣਾਣੀਆਂ ਉਹ ਕਹਿੰਦਾ ਇੱਕ ਵਾਰੀ ਨਾ ਹੰਸ ਤੇ ਹੰਸਰੀ ਨਹੀਂ ਹੁੰਦੇ ਹੰਸ ਤੇ ਹੰਸਰੀ ਕਹਿੰਦਾ ਬੜੀ ਲੰਬੀ ਉਡਾਨ ਭਰਦੇ ਨੇ ਔਰ ਬੜੀ ਦੂਰ ਤੱਕ ਉਡਾਨ ਭਰੀ ਦੇਖਿਆ ਉੱਥੇ ਬੀਆ ਬਾਣ ਕੋਈ ਛਾਂ ਵਾਲਾ ਦਰਖਤ ਨਹੀਂ ਇੱਕ ਦਰਖਤ ਦਿਖਿਆ ਇੱਕ ਡਾਲਾ ਇੱਧਰ ਗਿਆ ਦਾ ਇੱਕ ਡਾਲਾ ਇੱਧਰ ਗਿਆ ਦਾ ਉਹਨੇ ਕਿਹਾ ਭਲੀਏ ਲੋਕੇ ਇੱਥੇ ਆਰਾਮ ਕਰ ਲੈਂਦੇ ਹਾਂ ਤੇ ਫਿਰ ਚੱਲੇ ਅੱਗੇ ਕਹਿੰਦੀ ਬਹਿ ਜਾਓ ਬੈਠੇ ਉਹਨੇ ਕਿਹਾ ਸ਼ਾਮ ਹੋ ਗਈ ਹੈ ਹੁਣ ਰਾਤ ਨੂੰ ਕਿੱਥੇ ਉੱਡਣਾ ਰਹਿ ਜਾਂਦੇ ਇੱਥੇ ਉਹ ਕਹਿੰਦੀ ਸਵਾਮੀ ਮੈਨੂੰ ਇਹ ਦੱਸੋ ਇਹ ਇਲਾਕਾ ਇੰਨਾ ਵਿਰਾਨ ਤੇ ਉਜੜਿਆ ਦਾ ਕਿਉਂ ਹੈ ਉਹ ਵਿਚਾਰਾ ਇਹ ਫੰਗਾਂ ਨੂੰ ਇਹ ਮਲਦਾ ਮਲਦਾ ਇੱਧਰ ਦੇਖਿਆ ਉਹਨੇ ਤੇ ਦੇਖਿਆ ਦੂਰ ਇੱਕ ਦੂਏ ਜੇ ਨਿੱਕਾ ਜਿਹਾ ਹੋਰ ਡਾਲਾ ਉਹਦੇ ਪਰ ਉੱਲੂ ਬੈਠਾ ਵਾ ਉਹਨੇ ਕਿਹਾ ਇਸ ਉੱਲੂ ਕਰਕੇ ਜਿਹੜਾ ਇਲਾਕਾ ਨਾ ਇਹ ਵਿਰਾਨ ਹੈ ਉੱਲੂ ਨੂੰ ਬੜੀ ਮੰਦੀ ਗੱਲ ਲੱਗੀ ਕਿ ਮੈਂ ਨਾ ਇਹਨੂੰ ਕੁਛ ਆਖਿਆ ਨਾ ਮੇਰੀ ਕੋਈ ਗੱਲਬਾਤ ਮੈਨੂੰ ਮੇਰੇ ਨਾਂ ਤੇ ਕਿਉਂ ਚਾੜ ਛੜੀ ਸੀ ਇਹ ਗੱਲ ਸਾਰੀ ਚਲੋ ਸਵੇਰ ਹੋਈ ਸਵੇਰੇ ਜਿਲੇ ਉਹ ਹੰਸਰੀ ਲੱਗੇ ਉੱਡਣ ਉਹਨੇ ਠੱਕ ਕਰਕੇ ਜਾ ਕੇ ਤੇ ਮਾਰੀ ਦੁਆਰੀ ਦੇ ਹੰਸਰੀ ਦੇ ਨੇੜੇ ਪੈ ਗਿਆ ਉਹਨੇ ਕਿਹਾ ਬਈ ਤੂੰ ਜਾਣਾ ਤੇ ਜਾ ਪਰ ਮੇਰੀ ਜਨਾਨੀ ਨਹੀਂ ਲੈ ਕੇ ਜਾ ਸਕਦਾ ਉਹਨੇ ਕਿਹਾ ਤੇਰੀ ਸ਼ਕਲ ਰੰਗ ਗੱਲਬਾਤ ਕੋਈ ਰਲਦੀ ਨਹੀਂ ਤੂੰ ਤੇਰੀ ਕਿਸ ਤਰ੍ਹਾਂ ਅਸੀਂ ਕੱਲ ਆਏ ਹਾਂ ਉਹਨੇ ਕਿਹਾ ਨਾ 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 ਇਹ ਮਸਲਾ ਉਹਨੂੰ ਪੰਚਾਇਤ ਚ ਜਾਏਗਾ ਤੇ ਫਿਰ ਫੈਸਲਾ ਹੋਏਗਾ ਪੰਚਾਇਤ ਹੀ ਕਾਵਾਂ ਨੀ ਉਹ ਕਾਂ ਇਕੱਠੇ ਹੋ ਗਏ ਉਹਨਾਂ ਦੇ ਸਰਪੰਚ ਕੋਲ ਗਿਆ ਕਾਵਾਂ ਦੇ ਕੋਲ ਉਹਨੇ ਆਖਿਆ ਗੱਲ ਹੈ ਇੰਨੀ ਉਮਰ ਹੋ ਗਈ ਹੈ ਰਹਿੰਦੇ ਸਾਡਾ ਆਪਸ ਚ ਕੋਈ ਟਕਰਾਵ ਨੀ ਹੈ ਤੁਸੀਂ ਦਿਨੇ ਉੱਡ ਕੇ ਜਾਂਦੇ ਹੋ ਤੇ ਮੈਂ ਰਾਤੀ ਵਾਪਸ ਆਉਂਦਾ ਤੇ ਨਾ ਦਿਨੇ ਤੁਸੀਂ ਨੀ ਬਹਿਣਾ ਹੁੰਦਾ ਰਾਤੀ ਮੈਂ ਨੀ ਬਹਿਣਾ ਹੁੰਦਾ ਤੇ ਸਾਡਾ ਤੇ ਲੜਾਈ ਕੋਈ ਹੈ ਨੀ ਹੈ ਪਰ ਜੇ ਤੁਸੀਂ ਮੇਰੇ ਤੇ ਰਹਿਮ ਕਰ ਛੱਡੋਗੇ ਮੇਰਾ ਘਰ ਬਸ ਜਾਏਗਾ ਉਹਨੇ ਕਿਹਾ ਠੀਕ ਹੈ
ਪੰਚਾਇਤ ਲਾ ਕੇ ਉਹਨੇ ਕਿਹਾ ਵੀ ਗੱਲ ਸੁਣ ਬਈ, ਤੂੰ ਇਸ ਇਲਾਕੇ ਦੀ ਸ਼ਾਂਤੀ ਨੂੰ ਭੰਗ ਲਗਾ ਕਰਨ। ਇਹ ਜਨਾਨੀ ਇਸੇ ਦੀ ਆਹੀ ਕਈ ਸਾਲ ਹੋ ਗਿਆ ਦੇਖਦੇ ਇੱਥੇ, ਤੇ ਜਾਣਾ ਉੱਡਣਾ ਤੇ ਉੱਡ ਜਾਣੇ ਤੇ ਤੈਨੂੰ ਮਾਰ ਛੱਡਾਂਗੇ। ਉਹਨੇ ਕਿਹਾ 2 ਮਿੰਟ ਗੱਲ ਕਰਨ ਦਿਓ। ਉਹ ਗਿਆ, ਉਹਨੇ ਅੰਸਰੀ ਨੂੰ ਆਖਿਆ ਇਹ ਜ਼ਾਲਮ ਲੋਕ ਨਾ। ਉਹਨੇ ਅੰਸਰੀ ਨੇ ਆਖਿਆ ਬਈ ਚੱਲ, ਜੇ ਕਿਤੇ ਜ਼ਿੰਦਗੀ ਰਹੀ ਤੇ ਪਿਛੜਿਆਂ ਦੇ ਫਿਰ ਮਿਲ ਜਾਂਗੇ, ਪਿੱਛੇ ਨਿੱਕੇ ਨਿੱਕੇ ਬੱਚੇ ਨੇ, ਤਾਂ ਜਾ ਤੂੰ ਬੱਚੇ ਦੇਖ ਤੇ ਮੈਂ ਰਹਿੰਦੀ ਹਾਂ ਇੱਥੇ, ਫਿਰ ਹੁਣ ਕੀ ਕਰ ਸਕਦੇ ਹਾਂ ਇਹਨਾਂ ਜ਼ਾਲਮਾਂ ਅੱਗੇ। ਫਸ ਗਏ ਹੈ ਨਾ ਜੀ, ਅਸੀਂ ਫਸੇ ਰਹੇ ਇਹਨਾਂ ਜ਼ਾਲਮਾਂ ਅੱਗੇ। ਰਹਿ ਵਿਚਾਰੇ ਰਹਿ ਗਏ, ਜਿਲ੍ਹੇ ਰਾਤ ਕੱਟੀ ਸਵੇਰੇ ਕਾਂ ਉੱਡ ਕੇ ਟੁਰ ਗਏ, ਸਾਰੇ ਪੰਚਾਇਤ ਪੂਰੀ ਉੱਡ ਗਈ। ਉਹ ਵਿਚਾਰਾ ਉੱਡ ਕੇ ਲਗਾ ਜਾਣ, ਉਹਨੇ ਕਿਹਾ ਮੈਂ ਕੋਈ ਗੱਲ ਕਰ ਲਾਂ ਬਈ ਇਹਦੇ ਨਾਲ। ਕਹਿੰਦਾ ਗੱਲ ਨੀ ਕਰਨਾ, ਤੂੰ ਇਹ ਲੈ ਕੇ ਤੇ ਉੱਡ ਜਾ ਇਹਨੂੰ ਨਾਲ ਹੀ। ਤੂੰ ਆਉਂਦੇ ਆ ਕੱਲ ਆਖਿਆ ਹਨਾ ਇਸ ਉੱਲੂ ਕਰਕੇ ਇਲਾਕਾ ਵਰਾਣਾ, ਇਹ ਉਸ ਉੱਲੂ ਕਰਕੇ ਨੀ, ਇਹ ਲੀਡਰਾਂ ਕਰਕੇ ਬਦਨਾਮ ਹੈ, ਇਹਦੇ ਬੀਜੇਪੀ ਵਾਲੇ ਨੇ, ਇਹ ਉਹ ਪੰਚਾਇਤ ਇਹ ਉਸ ਕਰਕੇ ਵਰਾਣ ਇਲਾਕਾ ਸਾਡਾ। ਇਸ ਇਲਾਕੇ ਦੇ ਵਿੱਚ ਅਜੇ ਆਸ ਦੇ ਇੰਡਸਟਰੀ ਆ ਰਹੀ ਹੈ, ਕੋਈ ਆ ਨੀ ਰਿਹਾ। ਸਾਡਾ ਬੱਚਾ ਇੰਡਸਟਰੀ ਨੀ ਲਾ ਸਕਦਾ, ਸਾਨੂੰ ਬੜੀ ਬ੍ਰਾਹਮਣਾ ਤੋਂ ਥੱਲੇ 50 ਕਿਲੋਮੀਟਰ ਦੂਰ ਸੜਕ ਜਾ ਕੇ ਪਲਾਟ ਦਿੰਦੇ ਨੇ। ਔਰ ਜਿਹੜੇ ਬੜੀ ਬ੍ਰਾਹਮਣਾ ਦੇ ਨੇੜੇ ਜ਼ਮੀਨ ਹੈ ਉਹਦੇ ਚ ਐਸੀਆਂ ਕੰਡੀਸ਼ਨਾਂ ਲਾਹਣੀਆਂ ਨੇ ਕਿ ਪੁੱਛੋ ਮਤ। 2 ਘੰਟੇ ਦੀ ਬਾਰਿਸ਼ ਸਾਰਾ ਸ਼ਹਿਰ ਡੁੱਬ ਜਾਂਦਾ, ਗੋਡੇ ਗੋਡੇ ਪਾਣੀ ਆ ਜਾਂਦਾ, ਤੇ ਇਹ ਖੰਭੇ ਨਾਲ ਨਾਲ ਲਾਲ ਬਿੱਲੀਆਂ ਨੀਲੀਆਂ ਲਾਈਟਾਂ ਲਾ ਕੇ ਥੱਲੇ ਪੁੱਲ ਥੱਲੇ ਇਹ ਜਗਾ ਬਜਾ ਕੇ ਦੀਆਂ, ਤੇ ਬਸ ਸਮਝ ਲੈ ਕੇ ਇਹਦੇ ਨਾਲ ਸ਼ਹਿਰ ਸਮਾਰਟ ਹੋ ਗਿਆ, ਮੀਟਰ ਲਾ ਰਹੇ ਸਮਾਰਟ, ਸਾਡਾ ਸਮਾਰਟ ਹੋ ਗਿਆ। ਸਾਥੀਓ ਸੋਚੋ, ਅੱਜ ਬਿੱਲ ਨੀ ਜੇ ਦੇਣ ਉਹਨੂੰ ਗਾ ਕਿਸੇ ਨੂੰ। ਅੱਜ ਇਮਾਨਦਾਰੀ ਨਾਲ ਕਹਿ ਰਿਹਾ, ਇਹ ਤੁਹਾਡਾ ਇਲੈਕਸ਼ਨ ਖਤਮ ਹੋ ਲੈਂਦੇ ਆ, ਆਇਆ ਬੇਟਾ ਦੂਆ ਫਰਲਾ ਵੀ ਆਣਾ ਤੁਹਾਡੇ ਕੋਲ, ਜਿਹੜਾ ਆਣਾ ਉਹਨਾਂ ਨੇ ਪ੍ਰਾਪਰਟੀ ਟੈਕਸ ਵਾਲਾ, ਉਹ ਆਣਾ ਤੁਹਾਡੇ ਘਰ। ਤੁਸੀਂ ਅਗਰ ਇਮਾਨਦਾਰੀ ਨਾਲ ਚਾਹੁੰਦੇ ਹੋ ਕਿ ਤੁਹਾਡੀਆਂ ਆਉਣਾਂ ਦੀ ਨਸਲਾਂ ਦਾ ਪਹਿਰਾ ਦੇਣ ਵਾਸਤੇ ਅੱਜ ਜਾਗਣਾ ਪੈਣਾ। ਅੱਜ ਤੋਂ 8-10 ਸਾਲ ਪਹਿਲਾਂ ਯਾਦ ਹੈ ਕਿਸੇ ਨੂੰ ਕਿਹੜੀ ਤਾਲੇ ਕੱਛੇ ਵਾਲੇ ਚੋਰ ਆਏ, ਇਹ ਆਏ ਹੈਗੇ ਵੀ ਕਿ ਕੀਤਾ, ਉਹ ਸਵੇਲ ਹੋ ਗਈ ਕਿ ਕੀਤਾ ਇਹ, ਅਸੀਂ 10-10, 15-15 ਬੰਦੇ ਦੀਆਂ ਟੋਲੀਆਂ ਬਣਾਈਆਂ, ਡਾਂਗਾਂ ਲੈ ਕੇ ਰਾਤ ਰਾਖੀ ਕੀਤੀ, 6-8 ਮਹੀਨੇ ਸਾਲ ਲਾਇਆ, ਤੇ ਉਹਨਾਂ ਦਾ ਮੂੰਹ ਮੁੜਿਆ ਕਾਲੇ ਕੱਛੇ ਵਾਲੇ ਦਾ, ਇਹ ਉਹਨਾਂ ਕੋਲੋਂ ਭੈਣ ਦੇ ਕਾਲੇ ਕੱਛੇ ਵਾਲੇ ਨੂੰ ਬੀਜੇਪੀ ਵਾਲੇ। ਇਹ ਰਾਤ ਨੂੰ ਪਹਿਰਾ ਲਾਉਣਾ ਪੈਣਾ ਇਹਨਾਂ ਨੇ, ਲੋਕਾਂ ਨੂੰ ਆਉਣਾ ਪੈਸਾ ਸ਼ਰਾਬ ਸਭ ਕਰਨਾ ਇਹਨਾਂ ਨੇ। ਸ਼ਰਾਬ ਸੁੱਟ ਛੱਡਿਓ, ਤੁਸੀਂ ਕੋਈ ਮਾਸੀ ਦੇ ਪੁੱਤਰ ਤੇ ਆਣੀ, ਤੁਹਾਨੂੰ ਰਾਇਲ ਸਟੈਕ ਦੇਣੀ ਹੈ। ਉਹਨਾਂ ਨੇ ਉਹ ਸ਼ਰਾਬ ਲਿਆਣੀ ਹੈ ਜਿਹਦੇ ਚ ਟੀਕਾ ਵੀ ਲੱਗਾ ਹੋਏ, ਟਾਇਰ ਸਾੜ ਕੇ ਪਾਏ ਦੇਣ, ਗੋਲੀਆਂ ਪਾਈ ਦੇ ਹੋਣ, ਇੱਕੋ ਫਰੂਟੀ ਮੰਗੇ ਉਹਦੇ ਚ ਗੜਮ ਹੋ ਜਾਏ, ਤੁਸੀਂ ਲੈਣ ਨਾ ਆਵੇ। ਫਿਰ ਤੁਸੀਂ 6 ਮਹੀਨੇ ਬਾਅਦ ਦੇਖਣਾ ਇਹਦਾ ਲੀਵਰ ਫੇਲ ਹੋ ਗਿਆ ਹੋਣਾ, ਆਹ ਦਵਾਈ ਉਸੇ ਖਾਧੀ ਸੀ। ਅੱਜ ਯਾਦ ਕਰੋ, ਮੈਂ ਇਮਾਨਦਾਰੀ ਨਾਲ ਮੈਂ ਦੇਖਦਾ ਹਰ ਇਲੈਕਸ਼ਨ ਦੇ ਬਾਅਦ ਲੋਕ ਮਰਦੇ ਨੇ ਲੀਵਰ ਫੇਲੀਅਰ ਨਾਲ, ਉਹ ਇਹ ਬੀਜੇਪੀ ਸ਼ਰਾਬ ਬਣਦੀ ਹੈ। ਕਹਿੰਦੇ ਮੂੰਹ ਮੈਂ ਰਾਮ ਰਾਮ ਬਦਲ ਮੈਂ ਛੁਰੀ, ਲੇਕਿਨ ਬੀਜੇਪੀ ਵਾਲੇ ਨੇ ਨਾਲ ਪਊਆ ਵੀ ਰੱਖਿਆ ਦਾ। ਨਸਲਾਂ ਵਾਸਤੇ ਔਰ ਬਾਕੀ ਬਿਨਾ ਮਜ਼ਬੂ ਮਿਲਤ ਮੈਂ ਤੁਹਾਨੂੰ ਜ਼ਮਾਨਤ ਦਿੰਦਾ। ਇਸ ਇਲਾਕੇ ਚ ਜਿਹੜੇ ਲੋਕ ਜਿਹੜੇ ਅਫਸਰ ਜਿਨ੍ਹਾਂ ਨੇ ਇੱਟਾ ਹੈਗਾ ਉਹਨਾਂ ਲੋਕਾਂ ਨੂੰ ਇੱਕ ਦਿਨ ਇਨਸਾਫ਼ ਦੇਣਾ ਪੈਣਾ। ਇਸ ਕੇਸ ਚੱਲਣਗੇ ਉਹਨਾਂ ਲੋਕਾਂ ਦੇ ਉੱਤੇ ਜਿਹਨਾਂ ਲੋਕਾਂ ਨੇ ਸਾਡੀਆਂ ਜ਼ਮੀਨਾਂ ਪਾਈਆਂ। ਤੁਸੀਂ ਕੀ ਸਮਝਦੇ ਹੋ ਕਿ ਤੁਹਾਡਾ ਜੋਰ ਚੱਲਦਾ, ਤੁਸੀਂ ਲੋਕ ਜਿਹੜੇ ਸਮਝਦੇ ਹੋ ਕਿ
ਚੱਲ ਗਿਆ 10 ਦਿਨ ਵਾਸਤੇ ਤੁਹਾਨੂੰ ਆਈਏ ਜੋਰ ਤੁਹਾਡੇ ਕੋਲ ਆਇਆ ਤੁਸੀਂ ਲੋਕਾਂ ਦੀਆਂ ਜ਼ਮੀਨਾਂ ਡਾਲੋਗੇ ਤੁਸੀਂ ਕੋਠੀਆਂ ਡਾਲੋਗੇ ਤੁਸੀਂ ਫਰਕ ਕਰਕੇ ਜਿਹਨੇ ਦੇਖਿਆ ਐਮ ਜੀ ਐਕਟਰ ਦੇ ਬਾਅਦ ਬਾਕੀ ਲਿਸਟ ਸਾਰੀ ਬੀਜੇਪੀ ਦੀ ਹੈ ਫਿਰ ਰੁਕ ਗਿਆ ਕਹਿੰਦੇ ਰੱਬ ਦੇ ਮੌਕਾ ਮੈਨੂੰ ਤੁਸੀਂ ਕਹਿੰਦੇ ਬਾਹੂ ਕਸ਼ ਸੀ ਪੂਰੇ ਜੰਮੂ ਦੀ ਰਾਖੀ ਕਰਕੇ ਦੱਸਾਂਗਾ ਤੁਹਾਨੂੰ ਮੈਂ ਤੁਸੀਂ ਕਹਿੰਦੇ ਹੋ ਤੁਹਾਡੀ ਜ਼ਮੀਨਾਂ ਦੀ ਰੈਗੂਲਰਾਈਜੇਸ਼ਨ ਨਹੀਂ ਆਉਂਦੀ ਮੈਂ ਫੈਲ ਲੈ ਕੇ ਜਾਵਾਂਗਾ ਚੀਫ ਸੈਕਟਰੀ ਤੱਕ ਕਿਸੇ ਚ ਜ਼ਰੂਰਤ ਨਹੀਂ ਹੋਏਗੀ ਮੇਰੀ ਫੈਲ ਤੇ ਕਿੰਤੂ ਬਿੰਦੀ ਵੀ ਮੇਰੀ ਮਰਜ਼ੀ ਦੇ ਬਗੈਰ ਲਾਏ ਪੜ੍ਹਿਆ ਲਿਖਿਆ ਦਾ ਵਕੀਲ ਹਾਂ ਮੈਂ ਵਕੀਲ ਹਾਂ ਮੈਂ ਪੇਸ਼ੇ ਤੋਂ ਵਕੀਲ ਹਾਂ ਮੈਂ ਪੜ੍ਹਾਈ ਕੀਤੀ ਵਕਾਲਤ ਦੀ ਤੁਸੀਂ ਕੀ ਸਮਝਦੇ ਹੋ ਕਿ ਲੋਕ ਆ ਕੇ ਸਾਨੂੰ ਤਾਂ ਇਸ ਤਰ੍ਹਾਂ ਇਹਨਾਂ ਨੇ ਕਰ ਛੱਡਿਆ ਕਿ ਇਹ ਜੰਮੂ ਬੈਂਕਰਪਟ ਹੈ ਇਹਨਾਂ ਨੂੰ ਕਿਸੇ ਨੂੰ ਪੜ੍ਹਾਈ ਲਿਖਾਈ ਨਹੀਂ ਆਉਂਦੀ ਸਾਰੇ ਵਾਈਸ ਚਾਂਸਲਰ ਬਾਹਰ ਦੇ ਤੇ ਕਸ਼ਮੀਰ ਚ ਕੋਈ ਹੈ ਬਾਹਰ ਦਾ ਸਾਡਾ ਏਕਾ ਟੁੱਟ ਗਿਆ ਸੁਜਣਾ ਏਕਾ ਟੁੱਟ ਗਿਆ ਉਹਦਾ ਉਹ ਕਿਸੇ ਨੇ ਕਿਹਾ ਹੋਇਆ ਸਵਾਮੀ ਵਿਵੇਕਾਨੰਦ ਨੂੰ ਉਹ ਕਿਤੇ ਘਰ ਬਾਹਰ ਗਿਆ ਆਜ਼ਾਦੀ ਦੀ ਲੜਾਈ ਲੜੀ ਜਾ ਰਹੀ ਸੀ ਉਸਨੇ ਕਿਹਾ ਤੈਨੂੰ ਟਾਈਮ ਨਹੀਂ ਦੇਣਾ ਉਹਨੇ ਕਿਹਾ ਇੱਕ ਮਿੰਟ ਚਾਹੀਦਾ ਬਾਈ ਉਹਨੇ ਕਿਹਾ ਇੱਕ ਮਿੰਟ ਦੇ ਵਿੱਚ ਕੀ ਕਰ ਲੇਗਾ ਦੇ ਦਿਓ ਟਾਈਮ ਉਹਨੇ ਕਿਹਾ ਦੋ ਤਾਸ਼ ਦੇ ਪੱਤੇ ਕੱਢੇ ਉਹਨੇ ਕਿਹਾ ਇਹ ਕੀ ਹੈ ਉਹਨੇ ਕਿਹਾ ਬਾਦਸ਼ਾਹ ਉਹਨੇ ਦੂਆ ਕੱਢਿਆ ਉਹਨੇ ਕਿਹਾ ਕੀ ਹੈ ਉਹਨੇ ਕਿਹਾ ਯੱਕਾ ਉਹਨੇ ਕਿਹਾ ਏਕਾ ਕਰ ਲਾ ਬਾਦਸ਼ਾਹ ਬਣ ਜਾਓਗੇ ਤੁਸੀਂ ਏਕਾ ਕਰੋ ਬਸ ਕੋਈ ਫਰਕ ਨਹੀਂ ਮੈਂ ਕਰਨਾ ਹਿੰਦੂ ਮੁਸਲਮਾਨ ਸਿੱਖ ਈਸਾਈ ਚ ਕੋਈ ਫਰਕ ਨਹੀਂ ਕਰਨਾ ਅਸੀਂ ਮਜ਼ਲੂਮ ਦੇ ਨਾਲ ਖੜਨਾ ਖੜ ਕੇ ਦੱਸਿਆ ਵੀ ਹੈ ਅੱਗੇ ਵੀ ਖੜਾਂਗੇ ਪਰ ਜਿਸ ਮਜ਼ਬੂਤੀ ਨਾਲ ਟੋਨੀ ਸਿੰਘ ਖੜਾ ਹੋਏਗਾ ਤੁਹਾਨੂੰ ਮੈਂ ਦੱਸ ਦਿਆਂ ਤੁਸੀਂ ਕਹਿੰਦੇ ਹੋ ਬਾਹੂ ਦਾ ਬਲਾਕ ਹੋਏ ਡਿਵੈਲਪਮੈਂਟ ਦਾ ਤੇ ਜਾਣਾ ਪਵੇ ਮੈਨੂੰ ਗਾਡੀ ਹੈ ਇੱਥੇ ਬਣੇਗਾ ਬਲਾਕ ਤੁਸੀਂ ਕੀ ਤੁਸੀਂ ਕੋਈ ਐਸੀ ਗੱਲ ਪਰਮਾਤਮਾ ਕਰੇ ਔਰ ਰੱਬ ਕਰੇ ਕਿ ਮੈਂ ਤੁਹਾਡੇ ਆਸ਼ੀਰਵਾਦ ਨਾਲ ਤੁਹਾਡੀਆਂ ਦੁਆਵਾਂ ਨਾਲ ਤੁਹਾਡੀਆਂ ਅਰਦਾਸਾਂ ਨਾਲ ਤੁਹਾਡੀਆਂ ਬੇਨਤੀਆਂ ਨਾਲ ਮੈਂ ਬਣਾ ਉਹਦੇ ਬਾਅਦ ਇੱਕ ਵੀ ਗੱਲ ਤੁਹਾਨੂੰ ਦੱਸਣ ਦੀ ਲੋੜ ਨਹੀਂ ਪਏਗੀ ਆ ਕਿ ਤੁਹਾਨੂੰ ਪੀੜਾਂ ਕਿੱਥੇ ਕਿੱਥੇ ਦਾ ਮੈਨੂੰ ਪਤਾ ਲੇਕਿਨ ਸੱਜਣਾ ਤੁਹਾਨੂੰ ਜਾਗਣਾ ਪੈਣਾ ਤੁਹਾਡੇ ਕੋਲ ਵੋਟ ਹੈ ਤੁਸੀਂ ਪਾਉਣ ਨਹੀਂ ਜਾਂਦੇ ਸਾਡੇ ਕੋਲ ਵੋਟ ਹੈ ਲੇਕਿਨ ਅਸੀਂ ਵੋਟ ਪਾਉਣ ਨਹੀਂ ਜਾਇਆ ਕਰਦੇ ਸਾਡਾ ਵੋਟ ਘਰ ਰਹਿ ਜਾਂਦਾ ਗਿਣਤੀ ਅਗਰ 7000 ਹੈ ਤੇ ਬੈਂਕਾਂ 5000 ਹੈ 2000 ਅਸੀਂ ਪਾਉਂਦੇ ਨਹੀਂ ਤੇ ਫਿਰ ਅਸੀਂ ਆਖਦੇ ਸਾਡਾ ਬੜਾ ਘੱਟ ਹੈ ਉਹਨਾਂ ਦਾ ਅਗਰ 3000 ਹੈ ਉਹ 2900 ਪਾਉਣਗੇ ਇਹ ਫਰਕ ਹੈ ਸਾਡੇ ਚ ਸਾਥੀਓ ਵੋਟ ਪਾਓ ਪਹਿਲੇ ਵੋਟ ਨਾ ਘਰ ਰਹਿੰਦੇ ਹੋ ਬੱਚੇ ਉਸ ਦਿਨ ਸਾਰੇ ਕੰਮ ਕਾਜ ਦੁਨੀਆਦਾਰੀ ਕੰਮ ਸਾਰੇ ਛੱਡ ਗਏ ਇਹ ਅੱਜ ਪਹਿਰਾ ਜੇ ਇਹਦੇ ਬਾਅਦ ਆਜ਼ਾਦੀ ਜੇ ਉਹਦੇ ਬਾਅਦ ਗੁਲਾਮੀ ਹੋਣੀ ਜੇ ਚੁਣ ਲੋ ਕੀ ਚੁਣਨਾ ਨੇ ਆਜ਼ਾਦੀ ਕਿ ਗੁਲਾਮੀ ਤੇ 10 ਸਾਲ ਗੁਲਾਮੀ ਦੇ ਕੱਟੇ ਨੇ ਸਾਡੀਆਂ ਬਾਹਾਂ ਮਰੋੜ ਕੇ ਸਾਨੂੰ ਮਜਬੂਰ ਕਰਕੇ ਇਹਨਾਂ ਨੇ ਸਾਡੇ ਘਰਾਂ ਦੇ ਸਾਹਮਣੇ ਬਲਡੋਜ਼ਰ ਖੜਾ ਕੀਤਾ ਇਸ ਬਲਡੋਜ਼ਰ ਦਾ ਟੋਟੇ ਟੋਟੇ ਕਰਕੇ ਮਰੂੰਡੇ ਵਾਲਿਆਂ ਨੂੰ ਵੇਚ ਦਿਆ ਨਾ ਮੈਂ ਕਿਤੇ ਮੌਕਾ ਤੇ ਦਿਓ ਤੁਹਾਨੂੰ ਸਜਣਾ ਮੈਂ ਦੱਸਾਂ ਕਿ ਕਿਹੜੀ ਚਾਲੀ ਇਹਨਾਂ ਨਾਲ ਹਿਸਾਬ ਦਾ ਬਰਾਬਰ ਕਰਾਂਗਾ ਔਰ ਉਹ ਅਫਸਰ ਜਿਹੜੇ ਅੱਜ ਉਹ ਘਬਰਾਹਟ ਬਣੇ ਬੈਠੇ ਨੇ ਉਹਨਾਂ ਅਫਸਰਾਂ ਨੂੰ ਵੀ ਚੇਤਾਵਨੀ ਦਿੰਦੇ ਆ ਜਿਸ ਦਿਨ ਸਾਡੀ ਸਰਕਾਰ ਆਈ ਔਰ ਰਿਆਸਤ ਬਣੀ ਤੁਹਾਡੇ ਲੋਕਾਂ ਨੂੰ ਹਿਸਾਬ ਦੇਣਾ ਪਏਗਾ ਕਿ ਕਿਉਂ ਗੈਰ ਕਾਨੂੰਨੀ ਕੰਮ ਕੀਤਾ ਤੁਸੀਂ ਜਿਹੜੇ ਅੱਜ ਤੁਸੀਂ ਚਮਚੇ ਬਣੇ ਬੈਠੇ ਹੋ ਦਲਾਲ ਬਣੇ ਬੈਠੇ ਹੋ ਅੱਜ ਸਾਡੀਆਂ ਪਰਮਿਸ਼ਨਾਂ ਨਹੀਂ ਦਿੱਤੀਆਂ ਜਾ ਰਹੀਆਂ ਇਲੈਕਸ਼ਨ ਕਮਿਸ਼ਨ ਖਰੋਸ਼ ਹੈ
ਝੰਡੇ ਦਿਲਾਂ ਦੇ ਅੰਦਰ ਹੁੰਦੇ ਜੀ। ਮੇਰਾ ਨਿਸ਼ਾਨ ਪੰਜਾ ਤੁਹਾਡੇ ਕੋਲ ਵੀ ਹੈ, ਘਰ ਘਰ ਪੜਾਇਓ, ਠੀਕ ਹੈ। ਅਸੀਂ ਨਾ ਜਿਵੇਂ ਸਰਮਾਏਦਾਰ ਨਹੀਂ, ਲੇਕਿਨ ਸਾਡਾ ਵੀ ਇਤਨਾ ਅਸਲੀ ਜਗੇਰ ਹੈ ਕਿ ਵੱਡਾ ਵੱਡਾ ਦੁੱਧ ਜਮਾ ਦੇਣਗੇ, ਅਸੀਂ ਪਾਵਾਂਗੇ। ਸਾਡਾ ਬਰਕਤ ਹੈ, ਸਾਡੀ ਦੁਆਵਾਂ ਵਾਲਾ ਦੁੱਧ ਹੈ, ਇਹਨਾਂ ਦਾ ਪਾਣੀ ਵਾਲਾ। ਸਾਥੀਓ ਤੁਹਾਡੇ ਕੋਲ ਅੱਜ ਟਾਈਮ ਜੇ, ਅੱਜ ਟਾਈਮ ਜੇ, ਕੱਲ ਪਛਤਾਵਾ ਆਉਣਾ, ਜੋ ਲੋਕੀ ਚੁਣਨਾ। ਜਿਲੇ ਸੰਭਲ ਸੱਪ ਲੰਘ ਗਿਆ, ਫਿਰ ਨਾ ਸੋਟਾ ਲੈ ਕੇ ਖੜੋ ਜਿਓ ਸਵੇਰੇ, ਇਆਂ ਕਰਦੇ ਤੇ ਇਆਂ ਮਰਨਾ ਖਾ, ਇਆਂ ਕਰਦੇ ਤੇ ਇਆਂ ਮਰਨਾ ਖਾ। ਅੱਗੇ 10 ਸਾਲ ਬਾਅਦ ਸੁਪਰੀਮ ਕੋਰਟ ਨੇ ਮੌਕਾ ਦਿੱਤਾ ਸਾਨੂੰ, ਇਹਨਾਂ ਉੱਪਰ ਜਾਲਮਾ ਪਰ ਹੁੰਦਾ ਤੇ ਇਹ ਹੋਰ ਇਹਨਾਂ ਦੇ ਸਾਰੇ ਲੀਡਰ ਆਖਦੇ 2026 ਚ ਹੋਣੀ ਇਲੈਕਸ਼ਨ, ਕਹਿੰਦੇ ਹੈ ਕਿ ਨਹੀਂ ਹੋਣੀ। ਜੇ ਸੁਪਰੀਮ ਕੋਰਟ ਨਹੀਂ ਹੁੰਦਾ ਤੁਹਾਡਾ ਜ਼ਿਆਦਾ ਟਾਈਮ ਲੈ ਗਿਆ। ਕਹਿੰਦਾ ਚਮਨ ਵਾਲੋ ਕੀ ਨਾ ਇਨਸਾਫੀਆਂ, ਕਿਸੇ ਕਹੋ ਹਮਦਮ, ਚਮਨ ਵਾਲੋ ਕੋ ਦੀਦਾਰੇ ਚਮਨ ਤੱਕ ਨਹੀਂ ਮਿਲਤਾ, ਔਰ ਬੀਜੇਪੀ ਵਾਲਾ ਤੁਮ ਜੋ ਦੁਸ਼ਮਣ ਹੋ ਜੰਮੂ ਕਸ਼ਮੀਰ ਕੇ, ਤਾਂ ਖੁਲ ਕੇ ਵਾਰ ਕਰੋ, ਯੂ ਰਾਮ ਕੇ ਭੇਸ ਮੇ ਰਾਵਣ ਅੱਛਾ ਨਹੀਂ ਲੱਗਤਾ। ਸ਼ੁਕਰੀਆ, ਜੈ ਹਿੰਦ, ਜੈ ਭਾਰਤ, ਜੈ ਜਵਾਨ, ਜੈ ਕਿਸਾਨ। ਖੇਰਾ ਆਪਕੋ ਜਾਏਗਾ, ਮੈਂ ਇਸਮੇ ਇਤਨੀ ਬਾਤ ਕਹੂੰਗਾ, ਹਮਾਰੀ ਬਕੀਆ ਜੋ ਡਿਮਾਂਡੇ ਹੈ ਵੋ ਇਲੈਕਸ਼ਨ ਜੀਤਨੇ ਕੇ ਬਾਅਦ ਹੋਗੀ। ਆਜ ਆਪ ਹਮਾਰੇ ਪਾਸ ਆਏ ਹੈ, ਹਮ ਆਪਕੋ ਇਤਨਾ ਵਕਤ ਵੀ ਨਹੀਂ ਜ਼ਾਇਆ ਕਰੇਂਗੇ, ਹਮ ਆਪਕੇ ਲਈ ਹਰ ਜਦੋਜਹਿਦ ਕਰਨੇ ਕੇ ਲੀਏ ਤਿਆਰ ਹੈ। ਬੜਾ ਬੜਾ ਸ਼ੁਕਰੀਆ। ਮੰਚ ਪਰ ਬੈਠੇ ਸਾਡੇ ਭਾਰਤੀ ਰਾਸ਼ਟਰੀ ਕਾਂਗਰਸ ਦੇ ਅਸੈਂਬਲੀ ਕੈਂਡੀਡੇਟ ਤਰਨਜੀਤ ਸਿੰਘ ਟੋਨੀ ਜੀ, ਜਿਹੜੇ ਕਿ ਬਹੁਤ ਹੀ ਜੁਝਾਰੂ ਨੇਤਾ ਨੇ, ਉਹਦੇ ਨਾਲ ਬੈਠੇ ਸਾਡੇ ਐਕਸ ਕਾਰਪੋਰੇਟਰ ਕਮਲ ਸਿੰਘ ਜੀ, ਨਾਲ ਸਾਡੇ ਤਸੀਮ ਸਾਹਿਬ, ਸਾਡੇ ਸੈਕਟਰੀ PCC ਜਤਿੰਦਰ ਚਿਪ ਜੀ, ਸਾਡੇ ਵਾਰਡ ਪ੍ਰੈਜੀਡੈਂਟ ਫਜ਼ਲ ਜੀ, ਔਰ ਤਮਾਮ ਮੇਰੇ ਸਾਥੀਓ, ਮੇਰੇ ਬਜ਼ੁਰਗੋ, ਮੇਰੇ ਦੋਸਤੋ, ਮੇਰੇ ਭਰਾਓ। ਦੇਖੋ ਸਾਰੀਆਂ ਗੱਲਾਂ ਕਮਲ ਸਿੰਘ ਹੋਰਾਂ ਨੇ ਵੀ ਬੜੀ ਇਲੈਬੋਰੇਟ ਕਰਕੇ ਸੁਣਾਈਆਂ, ਤੁਹਾਨੂੰ ਬੜੀ ਤਰੀਕੇ ਕੰਨੇ ਸੁਣਾਈਆਂ ਕਿ ਕੀ ਚੱਲ ਰਿਹਾ ਸੀ, ਕੀ ਹੋ ਰਿਹਾ। ਮੈਂ ਜ਼ਿਆਦਾ ਵਕਤ ਨਾ ਲੈਂਦੀ ਹੋਈ, ਕਿਉਂਕਿ ਸਮੇਂ ਦਾ ਥੋੜਾ ਘੱਟ ਹੈ ਸਮੇਂ ਸਾਡੇ ਕੋਲ, ਟੋਨੀ ਭਾਜੀ ਨੇ ਅੱਗੇ ਵੀ ਜਾਣਾ ਪ੍ਰੋਗਰਾਮ ਨੇ, ਤੇ ਮੈਂ ਸਿਰਫ ਇੱਕੋ ਗੱਲ ਕਹਿਣਾ ਚਾਹੁੰਦਾ, ਉਹ ਸਰਕਾਰ ਜਿਹੜੀ ਤੁਹਾਡੇ ਘਰਾਂ ਦੇ ਬਾਹਰ ਬਲਡੋਜ਼ਰ ਲਾ ਕੇ ਖੜੀ ਕਰਦੀ ਹੈ, ਉਸ ਸਰਕਾਰ ਨੂੰ ਮੂੰਹ ਤੋੜ ਜਵਾਬ ਦੇਣ ਦਾ ਵਕਤ ਆ ਗਿਆ। ਹੁਣ ਸਾਰੇ ਸਾਡੇ ਭਰਾ ਜਿੰਨੇ ਵੀ ਇੱਥੇ ਬੈਠੇ ਹੈ, ਜੋ ਮੌਜਿਸ ਲੋਕ ਬੈਠੇ ਹੈ, ਆਪਣੇ ਆਪਣੇ ਕਬੀਲੇ ਦੇ, ਆਪਣੇ ਆਪਣੇ ਕੁੰਬਿਆਂ ਦੇ ਜਿਹੜੇ ਪ੍ਰਧਾਨ ਹੋ ਤੁਸੀਂ ਸਾਰੇ ਇੱਕ ਚੀਜ਼ ਦਾ ਤਵੱਜੋ ਦੇਣਾ ਹੈ ਕਿ ਧਰਮ ਜਾਤੀਆਂ ਚ ਨਹੀਂ ਵੱਟਣਾ, ਸਿਰਫ ਇੱਕ ਚੀਜ਼ ਦੇਖਣੀ ਹੈ ਕਿ ਧਰਮ ਜਾਤੀਆਂ ਚ ਸਾਨੂੰ ਭਰਾ ਨਾਲ ਭਰਾ ਨੂੰ ਕੌਣ ਲੜਾ ਰਿਹਾ, ਉਹਨਾਂ ਨੂੰ ਬਾਹਰ ਕੱਢਣਾ ਹੈ ਅਸੀਂ। ਤੇ ਇਸ ਚੀਜ਼ ਨੂੰ ਅਸੀਂ ਆਪਣੇ ਮਨ ਨੂੰ ਪੱਕਾ ਬਣਾ ਲਈਏ ਕਿ ਅਸੀਂ ਜਦੋਂ ਵੀ ਵੋਟ ਕਰਨ ਜਾਣਾ ਤੇ ਕਾਂਗਰਸ ਦਾ ਬਟਨ ਦਬਾਉਣਾ ਹੈ ਤੇ ਟੋਨੀ ਭਾਜੀ ਨੂੰ ਅਸੀਂ ਕਾਮਯਾਬ ਕਰਨਾ ਹੈ। ਤੇ ਜ਼ਿਆਦਾ ਕੁਛ ਨਾ ਕਹਿੰਦੇ ਹੋਏ, ਕਿਉਂਕਿ ਸਮੇਂ ਵੀ ਬਹੁਤ ਘੱਟ ਹੈ, ਤੇ ਮੈਂ ਇੱਕ ਪੁਰਜ਼ੋਰ ਅਪੀਲ ਕਰਾਂਗਾ ਤੁਹਾਨੂੰ ਸਾਰਿਆਂ ਨੂੰ ਕਿ ਜਿਹੜਾ ਵੀ ਸਾਨੂੰ ਦਰਦ ਦੁੱਖ ਦਿੱਤੇ ਨੇ ਇਸ ਸਰਕਾਰ ਨੇ, ਉਹਦੇ ਖਿਲਾਫ ਜਿਹੜਾ ਸਾਡਾ ਪ੍ਰੋਟੈਸਟ ਹੋਏਗਾ, ਜਿਹੜਾ ਸਾਡਾ ਇਤਜਾਜ ਹੋਏਗਾ, ਉਹ ਵੋਟ ਦੇ ਜ਼ਰੀਏ ਹੋਏਗਾ। ਇਹ ਅੱਜ ਅਸੀਂ ਇੱਥੇ ਕਸਮ ਖਾਂਦੇ ਹਾਂ, ਔਰ ਸਾਰੇ ਇੱਕ ਵਾਰ ਹੱਥ ਜੋੜ ਕੇ ਦੋ ਨਾਰੇ ਲਾਣਗੇ, ਸਰਦਾਰ ਤਰਨਜੀਤ ਸਿੰਘ ਟੋਨੀ, ਸਰਦਾਰ ਤਰਨਜੀਤ ਸਿੰਘ ਟੋਨੀ, ਸਰਦਾਰ ਤਰਨਜੀਤ ਸਿੰਘ ਟੋਨੀ, ਭਾਰਤੀ ਰਾਸ਼ਟਰੀ ਕਾਂਗਰਸ, ਭਾਰਤੀ ਰਾਸ਼ਟਰੀ ਕਾਂਗਰਸ। ਔਰ ਇੱਕ ਛੋਟੀ ਜਿਹੀ ਅਪੀਲ ਮੈਂ ਦੁਬਾਰਾ ਕਰਾਂਗਾ, ਮੈਨੂੰ ਪਤਾ ਹੈ ਇੱਥੇ ਦੇ ਸਾਰੇ ਲੋਕ ਜਿਨ੍ਹਾਂ ਨੇ ਬਹੁਤ ਬੜ ਚੜ ਕੇ ਪਿਆਰ ਦਿੱਤਾ ਰਮਨ ਭੱਲਾ ਸਾਹਿਬ ਨੂੰ, ਤੇ ਮੈਂ ਉਮੀਦ ਕਰਦਾ ਉਸਦੇ ਕੋਲੋਂ ਵੀ ਜ਼ਿਆਦਾ ਪਿਆਰ ਤੁਸੀਂ ਤਰਨਜੀਤ ਸਿੰਘ ਟੋਨੀ ਜੀ ਨੂੰ ਦਿਓਗੇ, ਔਰ ਇਹ ਉਹਦੇ ਕੋਲੋਂ
ਘੱਟ ਨਹੀਂ ਦੋ ਰੁੱਤੀਆਂ ਵੱਧ ਹੀ ਨੇ, ਇਹੀ ਕਹਿੰਦੇ ਹੋਏ ਮੈਂ ਆਪਣੀ ਬਾਣੀ ਨੂੰ ਵਿਰਾਮ ਦਿਆਂਗਾ। ਧੰਨਵਾਦ, ਸ਼ੁਕਰੀਆ, ਜੈ। ਬੇਨਤੀ ਕਰਾਂਗਾ ਜਤਿੰਦਰ ਪ੍ਰਦੇਸ਼ ਪ੍ਰੈਜ਼ੀਡੈਂਟ ਜੀ, ਮੈਂ ਨਜ਼ਰ ਵਾਲੇ ਕੋ ਹਿੰਦੂ ਔਰ ਮੁਸਲਮਾਨ ਦਿਖਤਾ ਹੈ, ਨਜ਼ਰ ਵਾਲੇ ਕੋ ਹਿੰਦੂ ਔਰ ਮੁਸਲਮਾਨ ਦਿਖਤਾ ਹੈ, ਮੈਂ ਤੋ ਅੰਧਾ ਹੂੰ ਸਾਹਬ, ਮੁਝੇ ਹਰ ਸ਼ਖਸ ਮੇਂ ਇਨਸਾਨ ਦਿਖਤਾ ਹੈ। ਮੈਂ ਸਭ ਤੋਂ ਪਹਿਲਾਂ ਤਾਂ ਧੰਨਵਾਦ ਕਰਗਾ ਸਾਡੇ ਬਾਹੂ ਅਸੈਂਬਲੀ ਦੇ ਸਾਡੇ ਉਮੀਦਵਾਰ ਤਰਨਜੀਤ ਸਿੰਘ ਟੋਨੀ ਜੀ ਔਰ ਸਾਡੇ ਪੂਰਵ ਕਾਰਪੋਰੇਟਰ ਕਮਲ ਸਿੰਘ ਜੰਬਾਲ ਜੀ ਔਰ ਇੱਥੇ ਸਾਡੇ ਸਰਪੰਚ ਬੈਠੇ ਦੇ ਮਲਿਕ ਮਾਰਗੇ ਫਜ਼ਲ ਹੁਸੈਨ ਜੀ ਔਰ ਪ੍ਰੋਗਰਾਮ ਦੇ ਕਰਤਾ ਦਿੱਤਾ ਰਸ਼ਦ ਮਲਿਕ ਜੀ ਔਰ ਇੱਥੇ ਆਏ ਦੇ ਸਾਡੇ ਸਾਰੇ ਬਜ਼ੁਰਗ ਸਾਥੀ, ਸਾਡੇ ਦੋਸਤ, ਸਾਡੇ ਮਿੱਤਰ, ਉਹਨਾਂ ਸਾਰਿਆਂ ਦਾ ਮੈਂ ਬੜਾ ਬੜਾ ਧੰਨਵਾਦ ਕਰਨਾ। ਦੋਸਤੋ, ਮੈਂ ਇੰਨਾ ਆਖਗਾ ਕਿ ਇੱਕ ਬੱਬਰ ਸ਼ੇਰ ਸਾਡਾ ਲੜਾ ਦਾ ਇਲੈਕਸ਼ਨ ਜੰਮੂ ਸਾਊਥ ਵਿੱਚ ਔਰ ਦੂਜਾ ਬੱਬਰ ਸ਼ੇਰ ਸਾਡਾ ਇੱਥੇ ਆਇਆ ਦਾ ਤਰਨਜੀਤ ਸਿੰਘ ਟੋਨੀ। ਪਹਿਲਾਂ ਤਾਂ ਤੁਹਾਡੇ ਸਾਰੇ ਲੋਕੀ ਸਲਾਮ ਹੈ, ਤੁਹਾਡੀ ਹਿੰਮਤੀ ਸਲਾਮ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਪੂਰੀ ਐਡਮਿਨਿਸਟ੍ਰੇਸ਼ਨ ਹੈ, ਉਹਦੇ ਪੂਰੇ ਲੋਕੇ ਪੂਰਾ ਜ਼ੋਰ ਲਾਇਆ ਕਿ ਤੁਸੀਂ ਡਰਾਈਏ ਧਮਕਾਈਏ ਇੱਥੋਂ ਆਪਣਾ ਪ੍ਰੋਪਗੈਂਡਾ ਆਪਣਾ ਕਾਇਮ ਕਰਨ, ਲੇਕਿਨ ਤੁਸੀਂ ਲੋਕੇ ਆਪਣੀ ਹਿੰਮਤ ਨਹੀਂ ਛੋੜੀ। ਤੁਸੀਂ ਪਹਿਲਾਂ ਵੀ ਰਮਨ ਪੱਲਾ ਹੀ ਪੇਟੀਆਂ ਭਰੀ ਭਰੀਆ ਵੋਟ ਪਾਇਆ ਔਰ ਸਾਨੂੰ ਪੂਰਾ ਯਕੀਨ ਹੈ ਕਿ ਤੁਸੀਂ ਅੱਜ ਵੀ ਤਰਨਜੀਤ ਸਿੰਘ ਟੋਨੀ ਹੋ ਰਹੀ ਖਾਲੀ ਹੱਥ ਨਹੀਂ ਜਾਣ ਦੇਣਾ, ਤੁਸੀਂ ਇੱਕ ਤਰਫਾ ਆਪਣਾ ਫੈਸਲਾ ਸੁਣਾਉਣਾ, ਤਾਂ ਵੀ ਸਾਨੂੰ ਦੂਜਿਆਂ ਦਾ ਪੂਰਾ ਵਿਸ਼ਵਾਸ ਹੈ। 370 ਟੁੱਟਣੇ ਦੇ ਬਾਅਦ ਦੋਸਤੋ ਜਿੰਨਾ ਸਾਡਾ ਜੰਮੂ ਦਾ ਡੋਗਰਾ ਪ੍ਰਤਾੜਿਤ ਹੋਇਆ ਇੰਨਾ ਕੋਈ ਨਹੀਂ ਹੋਇਆ। ਸਾਨੂੰ ਇਹਨੇ ਟੋਲ ਪਲਾਜ਼ਾ ਦੇ ਨਾਂ ਦੇ ਪਰ ਮਾਰਿਆ, ਸਮਾਰਟ ਮੀਟਰ ਦੇ ਨਾਂ ਦੇ ਪਰ ਮਾਰਿਆ, ਪ੍ਰਾਪਰਟੀ ਟੈਕਸ ਦੇ ਨਾਂ ਦੇ ਪਰ ਮਾਰਿਆ। ਰੇਤਾ ਬਦਰੀ ਸਾੜੀ ਹੀ ਵਿਚਾਰੇ ਅੱਜ ਬਾਹਰ ਦੇ ਲੋਕ, ਬਿਜਲੀ ਸਾੜੀ ਹੀ ਵਿਚਾਰੇ ਅੱਜ ਬਾਹਰ ਦੀ ਸਟੇਟ ਹੀ, ਅੱਜ ਪੰਜਾਬ ਦੇਖੀ ਲਓ ਜਾਂ ਸਾਡੇ ਕੋਲ ਬਿਜਲੀ ਲੈਂਦਾ ਔਰ ਅੱਗੇ ਮੁਫ਼ਤ ਮੰਗਾਵਾ। ਅਸੀਂ ਇਹਦੇ ਕੋਲੋਂ ਸਕੂਲ ਮੰਗੇ, ਇਹਨੇ ਗਲੀ ਗਲੀ ਬਾਈਨ ਸ਼ਾਪਾਂ ਖੋਲੀ ਹੋ ਰਹੀਆਂ, ਇਹਨੇ ਸਾਨੂੰ ਮਤਲਬ ਕਿ ਕੁਸਾ ਪਾਸੇ ਦਾ ਸੋੜ ਛੋੜਿਆ ਨਹੀਂ, ਇਹਨੇ ਸਾਨੂੰ ਹਰ ਜਗ੍ਹਾ ਮਾਰਨ ਦੀ ਕੋਸ਼ਿਸ਼ ਕੀਤੀ। ਜਿਲ੍ਹੇ ਜਿਲ੍ਹੇ ਇਲੈਕਸ਼ਨ ਆਉਂਦੀ ਹੈ ਧਰਮ ਦੇ ਨਾਂ ਦੇ ਉੱਪਰ ਆਪਣੀਆਂ ਰੋਟੀਆਂ ਸੇਕਣਾ ਸ਼ੁਰੂ ਕਰੀ ਉੱਠਦੇ ਨੇ। ਉਹ ਆਖਦੇ ਨਾ ਕਿ ਜਿਲ੍ਹਾ ਇੱਕ ਬੱਚਾ ਹੁੰਦਾ ਹੈ ਤੇ ਕੁਦਾ ਸੈਂਟਰ ਬੰਦਾ, ਜੇਕਰ ਉਹਦੀ ਪੁਰਜੀ ਚਲਦੀ ਹੋਣਾ ਤੁਸੀਂ ਪੜ੍ਹਨ ਦੀ ਜ਼ਰੂਰਤ ਨਹੀਂ ਹੁੰਦੀ, ਤੁਸੀਂ ਪਤਾ ਹੁੰਦਾ ਮੇਰੀ ਪੁਰਜੀ ਚੱਲੀ, ਮੈਂ ਪੜ੍ਹੀ ਲੈਣਾ ਗਿਆ ਹੈ ਨਾ। ਭਾਰਤੀ ਜਨਤਾ ਪਾਰਟੀ ਵਾਲੀ ਦੀ ਪੁਰਜੀ ਹੈ ਧਰਮ, ਧਰਮ ਦੇ ਨਾਂ ਦੇ ਉੱਪਰ ਸਿਆਸਤ ਕਰਨੀ ਹੈ, ਜਾਤ ਬਰਾਦਰੀਆਂ ਇਹਨਾਂ ਵੰਡਣਾ ਹੈ। ਬੜੀ ਦੇਸ਼ ਭਗਤੀ ਦੀ ਗੱਲ ਕਰਦੇ ਹੈ ਦੇਸ਼ ਦੇ ਪ੍ਰਧਾਨ ਮੰਤਰੀ ਆਖਦੇ ਹੈ ਕਿ 6 ਸਾਲ ਬਾਪ ਬੇਟੀ ਨੇ ਲੁੱਟਾ, 6 ਸਾਲ ਬਾਪ ਬੇਟੇ ਨੇ ਲੁੱਟਾ, ਤਾਂ ਪੁੱਛਣਾ ਚਾਹੁੰਦੇ ਅਸੀਂ ਕਿਹੜੀਆਂ ਰਾਜਨੀਤਿਕ ਮਜਬੂਰੀਆਂ ਹੀ ਆ ਕਿ ਤੁਸੀਂ ਬਾਪ ਬੇਟੀ ਦੀ ਸਰਕਾਰ ਕਰਦੇ, ਸਰਕਾਰ ਬਣਾਉਣੇ ਪਈ ਤੁਸੀਂ 2014 ਵਿੱਚ। ਦੇਸ਼ ਦੇ ਪ੍ਰਧਾਨ ਮੰਤਰੀ ਉੱਥੇ ਬੈਠੇ ਰਹੇ ਜਿਲ੍ਹਾ ਮੁਫਤੀ ਮੁਗਲ ਸਈਦ ਹੋਰਿਆ ਕਿਹਾ ਕਿ ਇਹ ਚੁਣਾਵ ਹੋਇਆ ਜੰਮੂ ਕਸ਼ਮੀਰ ਦਾ, ਇਹਦਾ ਸ਼੍ਰੇ ਦੀਨਾ ਨਾ ਆਤੰਕਵਾਦੀਆਂ ਹੀ, ਇਹਦਾ ਸ਼੍ਰੇ ਦੀਨਾ ਨਾ ਹੂਰੀਅਤ ਕਾਨਫਰੰਸ ਦੇ ਲੋਕ ਹੀ, ਇਹਦਾ ਸ਼੍ਰੇ ਦੀਨਾ ਮੈਂ ਆਪਣੇ ਪਾਕਿਸਤਾਨ ਜੀ। ਤਾਂ ਉਹਲਾ ਵੀ ਕਾਂਗਰਸ ਪਾਰਟੀ ਦਾ ਇਹੀ ਸਟੈਂਡ ਹੈ ਕਿ ਜੰਮੂ ਕਸ਼ਮੀਰ ਦੇ ਵਿੱਚ ਚੁਣਾਵ ਸ਼ਾਂਤੀਪੂਰਨ ਹੋਏ ਨਾ, ਇਹਦਾ ਸ਼੍ਰੇ ਅਗਰ ਗੁਸਾਈ ਜਾਂਦਾ ਹੈ ਉਹ ਜਾਂਦਾ ਹੈ ਸਾਡੇ ਜੰਮੂ ਕਸ਼ਮੀਰ ਦੇ ਲੋਕ ਹੀ। ਇੱਕ ਤਰਫ ਤੁਸੀਂ ਆਰਮੀ ਦੇ ਜਵਾਨੇ ਹੀ ਆਖਦੇ ਹੋ, ਤੁਸੀਂ ਉਹਨੇ ਦਿੰਦੇ ਹੋ ਮੈਡਲ ਦਿੰਦੇ ਹੋ, ਦੂਆ ਤੁੰਦੀ ਸਰਕਾਰ ਹੀ 2014 ਦੇ ਵਿੱਚ ਤੁਸੀਂ ਉਹਦੇ ਪਰਚੇ ਲਾਏ। ਉਹਲਾ ਡਾਕਟਰ ਨਿਰਮਲ ਸਿੰਘ ਔਰ ਕੁੱਤਾ ਹੈ, ਉਹਲਾ ਦੇਣਾ ਚਾਹੀਦਾ ਆਪਣਾ ਅਸਤੀਫਾ ਵਿਧਾਨ ਸਭਾ ਦੀ ਪਟਲ ਦੇ ਉੱਪਰ, ਲੇਕਿਨ ਨਹੀਂ ਦਿੱਤਾ ਕਿਉਂਕਿ ਇੰਦੀਆਂ ਕੋਈ ਆਪਣੀ ਰਾਜਨੀਤੀ ਮਜ਼ਬੂਰੀਆਂ ਹੀ ਆ। ਮੈਂ ਜ਼ਿਆਦਾ ਟਾਈਮ ਨਹੀਂ ਲੱਗਾ, ਤੋ ਸਾਰੇ ਤਰਨਜੀਤ ਸਿੰਘ ਟੋਨੀ ਹੋਰੀ ਸੁਣਨਾ ਚਾਹੁੰਦੇ ਹੋ, ਲੇਕਿਨ ਮੈਂ ਤੁਹਾਨੂੰ ਕਿਹਾ ਕਿ ਇੰਡੀਪੈਂਡੈਂਟ ਕੈਂਡੀਡੇਟ ਵੀ ਇੱਥੇ ਖੜੇ ਹੋਏ ਨੇ, ਤੁਸੀਂ ਆਪਣਾ ਵੋਟ ਉਹਨੇ ਨਹੀਂ ਪਾਉਣਾ, ਕਿਉਂਕਿ ਅਗਰ ਉਹਨੇ ਤੁਸੀਂ ਆਪਣਾ ਵੋਟ ਪਾ ਕੇ ਸਿੱਧਾ ਸਿੱਧਾ ਉਹ ਬੀਜੇਪੀ ਮਦਦ ਕਰਨਾ ਹੋਗਾ। ਇਸ ਵਾਰੀ ਤੁਸੀਂ ਭਰਤੀ ਹੈ ਜਿਹਨਾਂ ਤੋਂ ਪਹਿਲਾਂ ਦਿਲ ਖੋਲੀਏ ਵੋਟ ਪਾਉਂਦੇ ਹੋ, ਇਸ ਵਾਰੀ ਤੁਸੀਂ ਆਪਣਾ ਕੀਮਤੀ ਵੋਟ ਪਾਉਣਾ। ਦਮੇ ਕਰਾਂਗਾ ਸਰਪੰਚ ਫਜ਼ਲ ਹੁਸੈਨ ਜੀ।
ਸਟੇਜ ਮੇ ਬੈਠੇ ਹੋਗੇ ਜਨਾਬ ਹਮਾਰੇ MLA ਸਾਹਿਬ ਟੋਨੀ ਸਾਹਿਬ ਔਰ ਜਿਤਨੇ ਵੀ ਹਮਾਰੇ ਬਜ਼ੁਰਗ ਬੈਠੇ ਹੈ ਕਾਂਗਰਸ ਕੇ ਲੀਡਰ ਹੈ ਜਿਤਨੇ ਵੀ ਬਜ਼ੁਰਗ ਆਏ ਹੋਏ ਬੈਠੇ ਹੋਏ ਹੈ ਮੇਰੇ ਸੇ ਛੋਟੇ ਬੜੇ ਜਿਤਨੇ ਵੀ ਹੈ ਸਭੀ ਕੋ ਮੇਰੀ ਤਰਫ ਸੇ ਅਸਲਾਮ ਅਲੈਕੁਮ ਜਨਾਬ ਰਿਕੁਐਸਟ ਮੈਂ ਲੋਕਾਂ ਅੱਗੇ ਇਹ ਕਰਨਾ ਹੈ ਕਿ ਖਾਸ ਕਰੀਏ ਸਾਡੇ ਇਸ ਵੇਲੇ ਜਿਹੜਾ ਮਕਸਦ ਹੈ ਵੋਟਾਂ ਦਾ ਕਿ ਵੋਟ ਇਸ ਵੇਲੇ ਸਾਡਾ ਅਸੀਂ ਇਕੱਠੇ ਹੋਈਏ ਪਾਉਣਾ ਚਾਹੀਦਾ ਖਾਸ ਕਰੀਏ ਜਿਹੜੇ ਕਮਜ਼ੋਰ ਬੰਦੇ ਖੜੇ ਨੇ ਇਹਨਾਂ ਕੀ ਵੋਟ ਨਹੀਂ ਪਾਓ ਜਿਹੜੇ ਕਮਜ਼ੋਰ ਬੰਦੇ ਜਿੰਨੇ ਖੜੇ ਹੋਏ ਨੇ ਸਮਝੋ ਕਮਜ਼ੋਰ ਬੰਦੇ ਕੀ ਵੋਟ ਪਾਉਣਾ ਕਮਜ਼ੋਰ ਪਾਰਟੀਆਂ ਦੀ ਵੋਟ ਪਾਉਣਾ ਤਾਂ ਸਮਝੋ ਕਿ ਅਸੀਂ BJP ਕੀ ਵੋਟ ਪਾਉਣਾ ਇਮਾਨਦਾਰੀ ਕਹਿੰਦੇ ਇਕੱਠੇ ਹੋਈ ਹੈ ਇਹਦੀ ਹਲਫ ਕਰੋ ਅਸੀਂ ਕੀ ਮੇਰਾ ਅੰਦਾਜ਼ਾ ਕਿ ਸਾਡੀ ਜਿਹੜੀ ਮੇਰੀ ਆਪਣੀ ਜ਼ਿੰਦਗੀ 'ਚ ਮੈਂ ਦੋ ਲਫ਼ਜ਼ ਜਿੰਦੇ ਸੁਣੇ ਦੋ ਲਫ਼ਜ਼ ਕਿ ਮੈਂ ਸੋਚਣਾ ਕਿ ਸਾਡੀ ਜਾਨ ਹੀ ਇਹਨੇ ਕੱਢੀ ਲਈ ਹੈ ਅਸੀਂ ਸੋਚ ਰਹੇ ਹਾਂ ਕਿ ਇਹ ਲੋਕ ਇਹ ਬੰਦਾ ਮੈਂ ਇੰਨਾ ਇਮਾਨਦਾਰ ਲਿਖਿਆ ਕਿ ਮੈਂ ਸੋਚਣਾ ਕਿ ਸਾਡੇ ਇਹਨਾਂ ਕਿਹਾ ਸਾਡੇ ਇੱਕ ਲਫ਼ਜ਼ ਕਿਹਾ ਇਹਨੇ ਆਖਿਆ ਕਿ ਮੈਂ ਸਾਡਾ ਸਭ ਤੋਂ ਵੱਡਾ ਮਸਲਾ ਸਾਡਾ ਇੱਥੇ ਜ਼ਮੀਨ ਦਾ ਸਾਡੀ ਜ਼ਮੀਨ ਦਾ ਇੰਨਾ ਮਸਲਾ ਹੈ ਕਿ ਸਾਡੀ ਲੋਕ ਇੰਨੇ ਪਰੇਸ਼ਾਨ ਕਿ ਹੱਦ ਕੋਲੋਂ ਜ਼ਿਆਦਾ ਨਾ ਕੋਈ ਬੰਦਾ ਆਪਣੀ ਜ਼ਮੀਨ ਦਾ ਕਾਗਜ਼ ਪੱਤਰ ਨਹੀਂ ਬਣਾ ਸਕਦਾ ਕੋਈ ਇੱਟ ਨਹੀਂ ਲਾ ਸਕਦਾ ਸਾਡੇ ਲੋਕ ਬਹੁਤ ਜ਼ਿਆਦਾ ਪਰੇਸ਼ਾਨ ਸਾਡੀ ਜ਼ਮੀਨ ਰੰਗਦਾਈ ਕਰਾਈ ਜਾ ਇਹਨਾਂ ਕਿਹਾ ਕਿ ਤੁਹਾਡਾ ਕੰਮ ਹੈ ਅੰਗੂਠਾ ਲਾਉਣਾ ਤੇ ਮੇਰਾ ਕੰਮ ਹੈ ਧੜ ਲਾਉਣਾ ਇਸ ਤੋਂ ਅੱਗੇ ਕੀ ਹੋ ਸਕਦਾ ਜਿਹੜਾ ਬੰਦਾ ਆਪਣੀ ਧੜ ਲਾਉਣ ਨੂੰ ਤਿਆਰ ਹੈ ਇਸ ਵੇਲੇ ਅਗਰ ਅਸੀਂ ਅੰਗੂਠਾ ਨਹੀਂ ਲਾਓਗੇ ਤੇ ਫਿਰ ਜਨਾਬ ਅਸੀਂ ਖੱਜਲ ਹੋਵਾਂਗੇ ਦੇਖੋ ਪੰਜ ਪਹਿਲੇ ਸਾਨੂੰ 7 ਸਾਲ ਤੇ ਅਸੀਂ ਇਸ ਤਰ੍ਹਾਂ ਹੁਣ ਖੱਜਲ ਰਹੇ ਹਾਂ 7 ਸਾਲ ਤੋਂ ਪਹਿਲੇ 5 ਸਾਲ ਸਾਡੇ ਕਵਿੰਦਰ ਗੁਪਤਾ ਹੋ ਰਹੇ ਹਾਂ 7-5 ਸਾਲ ਅਸੀਂ ਉਹ ਵੀ ਖੱਜਲ ਰਹੇ ਹਾਂ 5 ਸਾਲ ਨੇ ਸਾਨੂੰ ਉਹਨਾਂ ਨੂੰ ਸ਼ਕਲ ਨਹੀਂ ਲੱਭੀ ਕਿ ਸਾਨੂੰ ਕਦੇ ਇੱਥੇ ਲਿਖਿਆ ਹੋਇਆ ਜੇ ਆਉਣ ਵਾਲੇ 5 ਸਾਲ ਜਿਹੜੇ ਹੁਣ ਆਉਣ ਵਾਲੇ 5 ਜੇ ਅਸੀਂ ਗੁਆਗੇ ਤਾਂ ਸਮਝੋ ਅਸੀਂ ਸਾਰੇ ਪਿੱਛੇ ਚਲੀਏ ਮਿਹਰਬਾਨੀ ਕਰੀਏ ਆਖਣਾ ਮੈਂ ਕਮਜ਼ੋਰ ਲੋਕਾਂ ਦੀ ਵੋਟ ਨਾ ਦਿਓ ਦੀ ਸਾਰੇ ਆਉਣ ਵਾਲੇ MLA ਦੀ ਸਪੋਰਟ ਕਰੋ ਸਾਰੇ ਲੋਕ ਵਧੀ ਸਭ ਤੋਂ ਵਧੀ ਵਧੀਆ ਨਵਾਂ ਕਰੋ ਮਤਲਬ ਸਪੋਰਟ ਕਰੋ ਸਾਰੇ ਸਪੋਰਟ ਕਰਕੇ ਇਹਨਾਂ ਨੂੰ ਵੋਟ ਦਿਓ ਵੋਟ ਕਰਕੇ ਨਾ ਤੇ ਅੱਲਾ ਨੇ ਚਾਹਿਆ ਤਾਂ ਸਾਡੇ ਸਾਰੇ ਮਸਲੇ ਦੂਰ ਹੋਣਗੇ ਸਾਡਾ ਪਾਣੀ ਦਾ ਸਭ ਤੋਂ ਪਹਿਲਾ ਮਸਲਾ ਸਾਡਾ ਜ਼ਮੀਨ ਦਾ ਹੈ ਸਾਡਾ ਬਲਾਕ ਦਾ ਮਸਲਾ ਇਹਨਾਂ ਨਾਲ ਅਸੀਂ ਗੱਲ ਕੀਤੀ ਵੀ ਹੈ ਤੇ ਰੱਬ ਨੇ ਚਾਹਿਆ ਤੇ ਸਾਰਿਆਂ ਲੋਕਾਂ ਨਾਲ ਇਕੱਠੇ ਹੋ ਕੇ ਇਹਨਾਂ ਦੀ ਸਪੋਰਟ ਕਰਨੀ ਚਾਹੀਦੀ ਛੋਟੇ ਬੜੇ ਜਿੰਨੇ ਵੀ ਹਨ ਸਾਡੇ ਕਿਉਂਕਿ ਆਉਣ ਵਾਲੇ ਪਹਿਲੇ ਭੱਲਾ ਸਾਹਿਬ ਸਰਪੰਚ ਫਜ਼ਲ ਹੁਸੈਨ ਜੀ ਦਾ ਧੰਨਵਾਦ ਹੈ ਜਿਨ੍ਹਾਂ ਨੇ ਬੜੇ ਥੋੜੇ ਸਮੇਂ 'ਚ ਹੀ ਆਪਣੇ ਵਿਚਾਰ ਰੱਖੇ ਨੇ ਹੁਣ ਬੇਨਤੀ ਕਰਾਂਗਾ OBC ਚੇਅਰਮੈਨ ਕੁਰੇਸ਼ੀ ਸਾਹਿਬ ਆ ਜਾਣ ਸਹੀ ਤੇ OBC ਚੇਅਰ ਅਸਲਾਮ ਅਲੈਕੁਮ ਆਦਾਬ ਸਤਿ ਸ੍ਰੀ ਅਕਾਲ ਮੇਰਾ ਨਾਮ ਅਮਲਤੀ ਕੁਰੇਸ਼ੀ ਚੇਅਰਮੈਨ ਆਲ ਇੰਡੀਆ ਬੈਕਵਰਡ ਕਲਾਸਿਸ ਮੈਂ ਆਪ ਸਭ ਕੋ ਇਹ ਬਤਾਨਾ ਚਾਹਤਾ ਹੂੰ ਕਿ ਆਲ ਇੰਡੀਆ ਬੈਕਵਰਡ ਕਲਾਸਿਸ ਨੇ ਆਲਰੇਡੀ ਜੋ ਜੰਮੂ ਕਸ਼ਮੀਰ ਕੇ ਅਲਾਇੰਸ ਹੈ ਵੋ ਰਾਹੁਲ ਜੀ ਕੋ ਸਪੋਰਟ ਕਾ ਲੈਟਰ ਹੈਂਡ ਓਵਰ ਮੈਨੇ ਖੁਦ ਕਿਹਾ ਥਾ ਸੰਗਲਦਾਨ ਮੈਂ ਔਰ ਉਸਕੇ ਬਾਅਦ ਹਮ ਹਰ ਜਗ੍ਹਾ ਜਾ ਰਹੇ ਹੈ ਯਹਾਂ ਕੇ ਤਕਰੀਬਨ ਸਭ ਜੋ ਜਿਤਨੇ ਵੀ ਕਾਂਗਰਸ ਔਰ NC ਕੇ ਕੈਂਡੀਡੇਟਸ ਹੈ ਸਭਸੇ ਹਮ ਮੁਲਾਕਾਤ ਕਰ ਰਹੇ ਹੈ ਪਰਸੋਂ ਵੀ ਹਮਾਰੀ ਮੁਲਾਕਾਤ ਹੋਈ ਥੀ ਟੋਨੀ ਜੀ ਸੇ ਔਰ ਹਮਨੇ ਇਨਕੋ ਪਹਿਲੇ ਹੀ ਆਪਣਾ ਜੋ ਸਮਰਥਨ ਹੈ ਵੋ ਦੇ ਚੁੱਕੇ ਹੈ ਔਰ SC ST ਔਰ OBC ਨੇ ਵੀ ਇਨਕੋ ਸਪੋਰਟ ਜੋ ਹੈ ਵੋ ਐਕਸਟੈਂਡ ਕੀਆ ਹੈ ਮੈਂ ਆਪ ਸਭ ਲੋਗੋਂ ਕੋ ਇਹ ਬਤਾਨਾ ਚਾਹਤਾ ਹੂੰ ਕਿ ਇਸ ਵਕਤ ਹਮਾਰੀ ਜੋ ਲੜਾਈ ਹੈ ਵੋ ਲੜਾਈ ਇੱਕ ਮੁੱਦੇ ਕੀ ਹੈ ਇੱਕ ਸੋਚ ਕੀ ਹੈ ਇਸ ਵਕਤ ਹਮਾਰੇ ਹਿੰਦੁਸਤਾਨ ਕੀ ਜੋ ਸੋਚ ਹੈ ਵੋ ਇੱਕ ਤਰਫ ਭਟਕ ਗਈ ਹੈ ਆਜ ਮੈਂ ਵੀਡੀਓ ਦੇਖ ਰਹਾ ਥਾ ਜੋ ਸੁਪਰੀਮ ਕੋਰਟ ਕੇ ਵਕੀਲ ਹੈ ਵੋ ਚੀਫ ਜਸਟਿਸ ਆਫ ਇੰਡੀਆ ਕੇ ਖਿਲਾਫ ਜੋ ਹੈ ਵੋ ਖੜੇ ਹੈ ਕਿਉਂਕਿ ਮੋਦੀ ਜੀ ਨੇ ਕੱਲ ਜਾਂ ਪਰਸੋਂ ਸ਼ਾਇਦ ਉਨਕੇ ਘਰ ਮੈਂ ਕੋਈ ਫੰਕਸ਼ਨ ਪੂਜਾ ਫੰਕਸ਼ਨ ਥਾ ਉਸਮੇ ਵੋ ਗਏ ਹੈ ਤੋ ਵੋ ਕਹਿ ਰਹੇ ਕਿ ਇਹ ਤੋ ਹੱਤਿਆ ਹੋ ਰਹੀ ਹੈ ਸੰਵਿਧਾਨ ਕੀ ਔਰ ਇਹ ਕਿਆ ਹੈ ਔਰ ਉਨਸੇ ਵੋ ਲੋਕ ਇਸਤੀਫਾ ਮੰਗ ਰਹੇ ਹੈ ਔਰ ਵੋ ਕਹਿ ਰਹੇ ਘਰ ਬੈਠੇ 2 ਮਹੀਨੇ ਕੀ ਤਨਖਾਹ ਲੈ ਲੋ ਆਪ ਰਿਟਾਇਰਮੈਂਟ ਪੇ ਪੈ ਹੋ ਆਪ ਇਹ ਖੁਦ ਅੰਦਾਜ਼ਾ ਲਗਾ ਸਕਤੇ ਹੋ ਕਿ ਹਮਾਰਾ ਦੇਸ਼ ਕਿਸ ਤਰਫ ਜਾ ਰਹਾ ਹੈ ਆਜ ਹਮੇ ਸੋਚਨੇ ਕੀ ਜ਼ਰੂਰਤ ਹੈ ਆਜ ਹਮੇ ਉਸ ਕੈਂਡੀਡੇਟ ਕੇ ਪਾਸ ਮਤ ਜਾਓ ਜੋ ਕਮਜ਼ੋਰ ਹੈ ਜੈਸੇ ਹਮਾਰੇ ਬਜ਼ੁਰਗੋਂ ਨੇ ਕਹਾ ਹੈ ਆਜ ਵਕਤ ਹੈ ਇਕੱਠੇ ਹੋ ਜਾਓ ਔਰ ਇਕੱਠੇ ਹੋ ਕੇ ਆਪਣੇ ਲੀਡਰ ਕੋ ਕਾਮਯਾਬ ਕਰੋ ਇਹ ਆਪਕੇ ਲਈ ਲੜੇਗਾ ਹਮਾਰੇ ਸਾਥ ਬਾਤ ਹੋਈ ਹੈ ਅਗਰ ਆਪ
ਬਹੁਤ ਮਜ਼ਬੂਤ ਲੀਡਰ ਕੌਣ ਨਹੀਂ ਖੜਾ ਕਰੋਗੇ? ਯਾਦ ਰੱਖੋ, ਆਪ ਆਪਣੇ ਪਾਉਂ ਪਰ ਕੁਲਹਾੜੀ ਮਾਰੋਗੇ। ਆਜ ਮੈਂ ਇਹ ਸਭ ਕੋ ਇਹ ਚੇਤਾਵਨੀ ਦੇਣਾ ਚਾਹਤਾ ਹੂੰ ਕਿ ਆਪ ਜਹਾਂ ਕਹੀਂ ਵੀ, ਮੈਂ ਯਹਾਂ ਕੀ ਵੀ ਬਾਤ ਤੋ ਜ਼ਰੂਰ ਕਰ ਹੀ ਰਹਾ ਹੂੰ, ਮੈਂ ਕਹਿਤਾ ਹੂੰ ਚਾਹੇ ਵੋ ਕੋਈ ਵੀ ਐਸਾ ਅਲਾਇੰਸ ਕਾ ਕੈਂਡੀਡੇਟ ਹੈ, ਜਹਾਂ ਪੇ ਵੀ ਜੰਮੂ ਕਸ਼ਮੀਰ ਮੈਂ, ਜਹਾਂ ਪੇ ਆਪਕੀ ਅਪਰੋਚ ਹੈ, ਸਭ ਕੋ ਮੈਸੇਜ ਦੇ ਦੋ, ਆਲ ਇੰਡੀਆ ਬੈਕਵਰਡ ਕਲਾਸਿਸ ਐਸਸੀ ਐਸਟੀ ਔਰ ਓਬੀਸੀ ਨੇ ਉਨਕੋ ਸਪੋਰਟ ਐਕਸਟੈਂਡ ਕੀ ਹੈ। ਮੈਂ ਆਪਣੀ ਜ਼ਾਤੀ ਬਾਤ ਕਰੂੰਗਾ, ਮੈਨੇ ਰਾਹੁਲ ਜੀ ਕੋ ਲੈਟਰ ਆਫ ਸਪੋਰਟ ਜੋ ਹੈ ਵੋ ਹੈਂਡ ਓਵਰ ਕੀਆ ਸੰਗਲਦਾਨ ਮੇਂ ਜਾ ਕੇ 4 ਤਾਰੀਖ ਕੋ, ਔਰ ਉਸਕੀ ਕਾਪੀ ਮੈਨੇ ਟੋਨੀ ਜੀ ਕੋ ਹੈਂਡ ਓਵਰ ਕਰ ਦੀ ਹੋਈ ਹੈ। ਤੋ ਮੈਂ ਚਾਹਤਾ ਹੂੰ ਕਿ ਆਪ ਲੋਕ ਦਿਲ ਖੋਲ ਕੇ ਇਸ ਦਫਾ ਜੋ ਹੈ ਵੋ ਆਪਣੇ ਵੋਟ ਡਾਲੇ, ਸਭ ਨਿਕਲੇ ਘਰ ਮੈਂ, ਕੋਈ ਘਰ ਮੈਂ ਮਤ ਬੈਠੇ। ਯਾਦ ਰੱਖੋ, ਆਨੇ ਵਾਲਾ ਵਕਤ ਹਮਾਰੇ ਲਈ ਬਹੁਤ ਬੁਰਾ ਵਕਤ ਆਨੇ ਵਾਲਾ ਹੈ, ਅਗਰ ਆਜ ਹਮ ਨਹੀਂ ਜਾਗੇ ਤੋ ਯਕੀਨ ਮਾਨੋ ਕਿ ਵੋ ਸ਼ਾਇਦ ਹਮਾਰੀ ਜੋ ਨਸਲ ਹੈ ਮੇ ਕਭੀ ਮਾਫ ਨਹੀਂ ਕਰੇਂਗੀ। ਮੈਂ ਜ਼ਿਆਦਾ ਨਾ ਕਹਤੇ ਹੋਏ ਇਸੀ ਪਰ ਆਪਸੇ ਇੱਕ ਅਪੀਲ ਕਰਨਾ ਚਾਹਤਾ ਹੂੰ ਫਾਈਨਲ, ਕਿ ਆਪ ਸਭ ਇੱਕ ਸ਼ੀਸ਼ਾ ਦਾ ਧੰਨਵਾਦ ਹੈ, ਬੇਨਤੀ ਕਰਾਂਗਾ ਸਰਦਾਰ ਜਤਿੰਦਰ ਸਿੰਘ ਜੀ ਲੱਕੀ ਜੀ ਐਕਸ ਵਾਈਸ ਚੇਅਰਮੈਨ ਕੈਂਟੋਮੈਂਟ ਬੋਰਡ, ਸਾਰਿਆਂ ਨੂੰ ਮੇਰਾ ਸਤਿ ਸ਼੍ਰੀ ਅਕਾਲ ਅਦਾਬ ਤੇ ਪ੍ਰਣਾਮ। ਨਾ ਹਮ ਹਿੰਦੂ ਨਾ ਮੁਸਲਮਾਨ, ਅੱਲਾ ਰਾਮ ਕੇ ਪਿੰਡ ਕੁਰਾਨ। ਇਹ ਜਾਤ ਪਾਤ ਸਾਡੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਨਹੀਂ ਸੀ, ਅਸੀਂ ਸਾਰੇ ਇੱਕ ਗੁਲਦਸਤੇ ਦੀ ਤਰ੍ਹਾਂ ਇੱਥੇ ਮਹਿਕ ਰਹੇ ਸਾਂ। ਪਰ ਪਿਛਲੇ 10 ਸਾਲ ਤੋਂ ਨਾ ਜਾਣੇ ਕਿਹਦੀ ਨਜ਼ਰ ਲੱਗ ਗਈ ਕਿ ਸਾਨੂੰ ਖੇਰੂ ਖੇਰੂ ਕਰਕੇ ਰੱਖ ਦਿੱਤਾ, ਵੰਡ ਕੇ ਰੱਖ ਦਿੱਤਾ। ਕਿਉਂਕਿ ਵੰਡਣ ਦੇ ਵਿੱਚ ਬੀਜੇਪੀ ਨੂੰ ਆਪਣਾ ਫਾਇਦਾ ਸੀ ਜਿਹੜਾ ਕੋਈ ਵੀ ਦੇਖ ਨਹੀਂ ਸਕਿਆ। ਉਹਨਾਂ ਨੇ ਸਾਨੂੰ ਜਾਤ ਪਾਤ ਦੇ ਵਿੱਚ ਵੰਡਿਆ, ਸਾਡੇ ਵਿੱਚ ਨਫ਼ਰਤ ਦਾ ਮਾਹੌਲ ਪੈਦਾ ਕੀਤਾ, ਡਰ ਦਾ ਮਾਹੌਲ ਪੈਦਾ ਕੀਤਾ। ਇਹ ਮਾਹੌਲ ਪੈਦਾ ਕਰਕੇ ਉਹਨਾਂ ਨੇ ਚੋਰੀ ਚੋਰੀ ਸਾਡੀ ਰੇਤ ਬਜਰੀ ਚੋਰੀ ਕੀਤੀ। ਸਾਡੇ ਪ੍ਰਦੇਸ਼ ਦੇ ਵਿੱਚ ਜਿਹੜਾ ਮੰਦਿਰਾਂ ਦਾ ਸ਼ਹਿਰ ਗਿਣਿਆ ਜਾਂਦਾ ਸੀ, ਉੱਥੇ ਸ਼ਰਾਬ ਦੀ ਦੁਕਾਨਾਂ ਜਿੰਨੀਆਂ ਜ਼ਿਆਦਾ ਖੋਲ ਦਿੱਤੀਆਂ, ਉਹਨਾਂ ਨੇ ਕੋਈ ਸੀਮਾ ਨਹੀਂ ਦੇਖੀ ਕਿੱਥੇ ਕੋਈ ਸਕੂਲ ਹੈ, ਕੋਈ ਮੰਦਿਰ ਹੈ, ਕੋਈ ਗੁਰਦੁਆਰਾ ਹੈ, ਜਿੱਥੇ ਉਹਨਾਂ ਦਾ ਦਿਲ ਆਇਆ ਉੱਥੇ ਉਹਨਾਂ ਨੇ ਖੋਲੀ। ਸਾਡੇ ਜਿੰਨੇ ਨੈਚੁਰਲ ਰਿਸੋਰਸਿਸ ਹਨ ਉਹ ਸਭ ਲੁੱਟੀ ਜਾ ਰਹੇ ਹਨ, ਅਸੀਂ ਅੱਖਾਂ ਬੰਦ ਕਰਕੇ ਦੇਖੀ ਜਾ ਰਹੇ ਹਾਂ ਕਿਉਂਕਿ ਸਾਨੂੰ ਡਰਾਇਆ ਜਾ ਰਿਹਾ। ਸਾਥੀਓ, ਡਰਨਾ ਨਹੀਂ ਹੈ, ਇਸ ਡਰ ਦਾ ਮੁਕਾਬਲਾ ਕਰਨਾ ਹੈ। ਅਸੀਂ ਜਿਸ ਤਰ੍ਹਾਂ ਪਿਛਲੇ ਸਾਲ ਤੋਂ 10 ਸਾਲਾਂ ਤੋਂ ਇਹਨਾਂ ਦੇ ਨਾਲ ਲੜਦੇ ਆਏ ਹਾਂ, ਔਰ ਇਸ ਵਾਰ ਲੜਨਾ ਹੈ ਔਰ ਲੜ ਕੇ ਇਹਨਾਂ ਨੂੰ ਦੱਸਣਾ ਹੈ ਕਿ ਬੀਜੇਪੀ ਪੰਜਾਬ ਦਾ ਪਾਰ ਦਾ ਜਿਹੜਾ ਨਾਰਾ ਦਿੰਦੇ ਪਏ ਨਾ, ਉਹ ਪੰਜਾਬ ਪਾਰ ਨਹੀਂ, ਇਸ ਵਾਰ ਲਖਨਪੁਰ ਪਾਰ ਲੱਭਣਗੇ। ਅੱਜ ਸਾਡੇ ਬੱਚੇ ਨਸ਼ੇ ਦੀ ਗ੍ਰਿਫਤ ਦੇ ਵਿੱਚ ਆ ਰਹੇ ਨੇ, ਉਹਨਾਂ ਨੂੰ ਐਜੂਕੇਸ਼ਨ ਇਸ ਸਤਰ ਦੀ ਉਹਨਾਂ ਨੇ ਹਾਸਿਲ ਵੀ ਕਰ ਲਈ ਪਰ ਨੌਕਰੀਆਂ ਨਾ ਲੱਭਣ ਦੇ ਕਰਕੇ ਡਿਪਰੈਸ਼ਨ ਦੇ ਵਿੱਚ ਚਲੇ ਗਏ। ਜਿਸ ਵੇਲੇ ਡਿਪਰੈਸ਼ਨ ਦੇ ਵਿੱਚ ਗਏ ਤੇ ਨਸ਼ਿਆਂ ਦੇ ਗ੍ਰਿਫਤ ਵਿੱਚ ਆ ਗਏ। ਮੋਦੀ ਜੀ ਕਹਿੰਦੇ ਹਨ ਕਿ ਸਾਫ ਸੁਥਰਾ ਦੇਸ਼, ਸਵੱਛ ਭਾਰਤ। ਸਵੱਛ ਭਾਰਤ ਦੇ ਪਿੱਛੇ ਉਹਨਾਂ ਨੇ ਇੰਨਾ ਕਰੋੜਾਂ ਰੁਪਏ ਖਰਚ ਕਰ ਦਿੱਤਾ, ਤੇ ਕਿਆ ਡਰੱਗਸ ਨੂੰ ਰੋਕਣ ਵਾਸਤੇ ਕਰੋੜਾਂ ਰੁਪਏ ਖਰਚ ਨਹੀਂ ਕੀਤਾ ਜਾ ਸਕਦਾ ਸੀ? ਸਿਰਫ ਨਜ਼ਰੀਏ ਦੀ ਗੱਲ ਹੈ, ਸੋਚ ਦੀ ਗੱਲ ਹੈ। ਅਗਰ ਇੱਕ ਦਿਨ ਦੀ ਕੈਂਪੇਨ ਚਲਾ ਕੇ ਪੂਰੇ ਭਾਰਤ ਦੇ ਵਿੱਚ ਸਫਾਈ ਅਭਿਆਨ ਚਲਾ ਕੇ ਸਵੱਛ ਕੀਤਾ ਜਾ ਸਕਦਾ ਹੈ, ਤੇ ਮੈਨੂੰ ਲੱਗਦਾ ਹੈ ਕਿ ਉਨਾ ਹੀ ਜ਼ੋਰ ਅਗਰ ਨਸ਼ੇ ਨੂੰ ਰੋਕਣ ਵਾਸਤੇ ਲਾਇਆ ਜਾਏ ਤਾਂ ਇੱਕ ਦਿਨ ਦੇ ਵਿੱਚ ਨਸ਼ਾ ਵੀ ਰੋਕ ਸਕਦਾ ਹੈ। ਪਰ ਅਸੀਂ ਲੋਕ ਇਸ ਚੀਜ਼ ਦੇ ਉੱਪਰ ਗੌਰ ਨਹੀਂ ਕਰ ਰਹੇ ਹਾਂ।
ਸਾਡਾ ਕਾਂਗਰਸ ਔਰ ਐਨਸੀ ਅਲਾਇੰਸ ਹੋਇਆ ਹੈ, ਜਿਸ ਦੇ ਵਿੱਚ ਸਾਡੇ ਉਮੀਦਵਾਰ ਇੱਥੋਂ ਤਰਨਜੀਤ ਸਿੰਘ ਟੋਨੀ ਹੋ ਰਹੇ ਨੇ, ਔਰ ਆਪ ਜੀ ਇਹਨਾਂ ਦੇ ਬਾਰੇ ਭਲੀ ਭਾਂਤੀ ਜਾਣਦੇ ਹੋ ਕਿ ਇੱਕ ਡਿਵਲਪਮੈਂਟ ਕਿਸ ਤਰ੍ਹਾਂ ਕਰਵਾਉਂਦੇ ਹਨ ਜੀ। ਬੇਨਤੀ ਕਰਾਂਗਾ ਨੈਸ਼ਨਲ ਕਾਨਫਰੰਸ ਦੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਸਰਦਾਰ ਤੇਜਿੰਦਰਪਾਲ ਸਿੰਘ ਜੀ, ਅਮਨ ਜੀ ਇੱਥੇ ਪਹੁੰਚੇ ਨੇ, ਉਹ ਆਪਣੇ ਵਿਚਾਰ ਰੱਖਣਗੇ ਜੀ। ਸ਼ੁਕਰੀਆ ਜੀ। ਮੰਚ ਦੇ ਬੈਠੇ ਹੋਏ ਅੱਜ ਦੇ ਸਾਡੇ ਮੁਖੀ ਅਤਿਥੀ ਔਰ ਬਹੁ ਕੌਂਸਟੀਚੁਐਂਸੀ ਦੇ ਕੈਂਡੀਡੇਟ ਜਨਾਬ ਸਰਦਾਰ ਤਰਨਜੀਤ ਸਿੰਘ ਜੀ ਟੋਨੀ, ਔਰ ਜਿੰਨੇ ਵੀ ਮੇਰੇ ਇੱਥੇ ਬੈਠੇ ਦੇ ਮੇਰੇ ਬਜ਼ੁਰਗ, ਮੇਰੇ ਭਾਈ, ਮੇਰੀ ਹਮ ਉਮਰ, ਸਭ ਨੂੰ ਮੇਰੀ ਤਰਫ ਤੋਂ ਸਤਿ ਸ਼੍ਰੀ ਅਕਾਲ, ਅਦਾਬ, ਨਮਸਤੇ। ਅੱਜ ਇੱਥੇ ਬੜੀਆਂ ਗੱਲਾਂ ਹੋਈਆਂ ਡਿਵੈਲਪਮੈਂਟ ਨੂੰ ਲੈ ਕੇ, ਸੜਕਾਂ ਨੂੰ, ਗਲੀਆਂ, ਪਾਣੀ, ਇਹ ਚੀਜ਼ਾਂ ਹਰ ਇਲੈਕਸ਼ਨ ਦੇ ਵਿੱਚ ਹੁੰਦੀਆਂ ਨੇ, ਪਰ ਇਸ ਟਾਈਮ ਸਾਡਾ ਜਿਹੜਾ ਮੁੱਦਾ ਹੈ ਉਹ ਹੈ ਬੀਜੇਪੀ ਭਗਾਓ, ਜੰਮੂ ਕਸ਼ਮੀਰ ਕੋ ਬਚਾਓ। ਪਿਛਲੇ 10 ਸਾਲ ਤੋਂ ਤੁਸੀਂ ਸਭ ਜਾਣਦੇ ਹੋ, ਔਰ ਖਾਸ ਕਰ ਇਹ ਵਾਲਾ ਇਲਾਕਾ, ਜਿਸ ਤਰ੍ਹਾਂ ਮੇਰੇ ਤੋਂ ਪਹਿਲੇ ਵੀ ਬੁਲਾਰਿਆਂ ਨੇ ਇਸ ਇਲਾਕੇ ਦੇ ਬਾਰੇ 'ਚ ਬੋਲਿਆ, ਮੈਨੂੰ ਯਾਦ ਹੈ ਜਦੋਂ ਇੱਥੇ ਪੀਲਾ ਪੰਜਾ ਚਲਾਉਣ ਇਹਨਾਂ ਦੀ ਐਲ ਜੀ ਦੀ ਸਰਕਾਰ ਜਦੋਂ ਉਹਨੇ ਆਪਣਾ ਇੱਥੇ ਪੀਲਾ ਪੰਜਾ ਚਲਾਇਆ, ਉਹ ਜਦੋਂ ਜੈਦ ਅਸੀਂ ਨਹੀਂ ਭੁੱਲ ਸਕਦੇ। ਸਭ ਤੋਂ ਵੱਡੀ ਜਿਹੜੀ ਇਸ ਟਾਈਮ ਸਾਨੂੰ ਮਾਰ ਹੈ ਉਹ ਹੈ ਸਾਡਾ ਯੂਥ, ਜਿਸ ਯੂਥ ਨੂੰ ਭਾਰਤੀ ਜਨਤਾ ਪਾਰਟੀ ਦੇ ਝੂਠੇ ਵਾਅਦਿਆਂ ਨੇ ਸੜਕਾਂ ਪਰ ਬਿਠਾ ਕੇ ਰੱਖਤਾ, ਔਰ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਮੇਨ ਮੁੱਖੇ ਦਫ਼ਤਰ ਨੇ ਉਹਨਾਂ ਦੇ ਗੇਟਾਂ ਦੇ ਬਾਹਰ ਸਾਡਾ ਯੂਥ ਇਸ ਟਾਈਮ ਖੱਜਲ ਹੈ, ਚਾਹੇ ਉਹ ਡੇਲੀ ਵੇਜਰਸ ਹੋਣ, ਚਾਹੇ ਬਾਰਡਰ ਐਂਡ ਫੋਰਸਿਸ ਦੇ ਜਿਹੜੇ ਬੱਚੇ ਉਹ ਹੋਣ, ਸਾਡੇ ਐਸ ਆਈ ਦੇ ਭਰਤੀ ਹੋਣ, ਜੇਈ ਹੋਣ, ਕੋਈ ਵੀ ਜਿਹੜਾ ਸਟੂਡੈਂਟ ਹੈ ਇਸ ਟਾਈਮ ਸੜਕਾਂ ਪਰ ਹੈ। ਔਰ ਜਿਸ ਤਰ੍ਹਾਂ ਲੱਕੀ ਵੀਰ ਨੇ ਬੋਲਿਆ ਨਸ਼ਾ, ਉਹਦਾ ਕਾਰਨ ਹੀ ਇਹ ਹੈ ਜਿਹੜੀ ਸਾਡੀ ਅਨਇੰਪਲਾਈਮੈਂਟ ਹੈ ਇਸ ਟਾਈਮ। ਤੁਸੀਂ ਕਾਂਗਰਸ ਦਾ ਮੈਨੀਫੈਸਟੋ ਵੀ ਪੜ੍ਹ ਲਓ ਔਰ ਐਨ ਸੀ ਦਾ ਮੈਨੀਫੈਸਟੋ ਵੀ ਪੜ੍ਹ ਲਓ, ਭਾਰਤੀ ਜਨਤਾ ਪਾਰਟੀ ਨੂੰ ਬੜੀਆਂ ਮਰਚਾਂ ਲੱਗੀਆਂ ਮੈਨੀਫੈਸਟੋ ਪੜ੍ਹ ਕੇ, ਉਹਨਾਂ ਨੂੰ ਹੋਰ ਕੁਛ ਮਿਲਿਆ ਹੀ ਨਹੀਂ ਦਬਾਉਣ ਵਾਸਤੇ, ਉਹਨਾਂ ਨੇ ਚਰਚਾ ਸ਼ੁਰੂ ਕਰਤੀ ਨੈਸ਼ਨਲ ਮੀਡੀਆ 'ਤੇ ਮੈਨੀਫੈਸਟੋ ਨੂੰ ਲੈ ਕੇ। ਅਗਰ ਅਸੀਂ 370 ਦੀ ਗੱਲ ਕੀਤੀ ਤਾਂ ਕਿਹੜੀ ਮਾਰੀ ਕਰ ਲਈ ਹੈ, ਜਿੱਥੇ ਸਾਡੇ ਜ਼ਮੀਨਾਂ ਦੇ ਹੱਕ ਤੁਸੀਂ ਆਪ ਬੋਲ ਰਹੇ ਹੋ, ਸਾਨੂੰ ਅਜੇ ਤੱਕ ਇਸ ਏਰੀਏ ਦੀ ਸਾਨੂੰ ਰਿਜ਼ਰਵੇਸ਼ਨ ਰਜਿਸਟ੍ਰੇਸ਼ਨ ਨਹੀਂ ਮਿਲੀ ਹੈ, ਅਤੇ ਅਗਰ ਅਸੀਂ 370 ਵਾਲੀ ਗੱਲ ਕਰ ਲਈ ਤਾਂ ਉਹਦੇ ਵਿੱਚ ਕਿਹੜਾ ਪਾਪ ਕਰ ਲਿਆ? ਅਗਰ ਅਸੀਂ ਆਪਣੀਆਂ ਨੌਕਰੀਆਂ, ਆਪਣਾ ਹੱਕ ਮੰਗ ਲਿਆ ਤਾਂ ਕਿਹੜਾ ਪਾਪ ਕਰ ਲਿਆ? ਸਾਡਾ ਜਿਹੜਾ ਅਲਾਇੰਸ ਹੈ ਉਹਦੇ ਮੈਨੀਫੈਸਟੋ ਦੇ ਵਿੱਚ ਸਾਫ਼ ਜ਼ਿਕਰ ਹੈ ਕਿ 1 ਲੱਖ ਨੌਕਰੀਆਂ ਅਸੀਂ ਸਰਕਾਰ ਬਣਦੇ ਦੇ 3 ਮਹੀਨਿਆਂ ਬਾਅਦ ਅਸੀਂ 1 ਲੱਖ ਨੌਕਰੀ ਜਿਹੜੀ ਹੈ ਉਹ ਦੇਵਾਂਗੇ। ਬਿਜਲੀ ਪਾਣੀ ਇਹ ਆਮ ਹੈ, ਹਰ ਸਰਕਾਰ ਦੇਗੀ, ਹਰ ਕੋਈ ਆਏਗਾ ਤੁਹਾਡੇ ਨਾਲ ਵਾਅਦਾ ਕਰੇਗਾ ਬਿਜਲੀ ਪਾਣੀ ਸੜਕ ਨਾਲੀ, ਪਰ ਜੋ ਯੂਥ ਦਾ ਕੰਮ, ਜੋ ਮੇਨ ਮੁੱਦਾ ਹੈ ਉਹ ਕਿਸੇ ਨੇ ਨਹੀਂ ਬੋਲਿਆ। ਸ਼ਰਾਬ ਦੀ ਗੱਲ ਵੀ ਚੱਲੀ, ਅੱਜ ਸ਼ਰਾਬ 1.5 ਕਿਲੋਮੀਟਰ ਦੇ ਬਾਹਰ ਸ਼ਰਾਬ ਦੀ ਠੇਕਾ, ਨਾਨਕ ਨਗਰ ਦੇ ਵਿੱਚ ਜਦ ਕਦੇ ਸ਼ਰਾਬ ਦਾ ਠੇਕਾ ਨਜ਼ਰ ਹੀ ਨਹੀਂ ਆਉਂਦਾ ਸੀ, ਅੱਜ ਨਾਨਕ ਨਗਰ ਦੇ ਵਿੱਚ 6 ਠੇਕੇ। ਇਹਨਾਂ ਲੋਕਾਂ ਨੇ ਨਾਲ ਹੋ ਕੇ ਨਸ਼ਾ ਲਗਾਇਆ, ਔਰ ਭਾਰਤੀ ਜਨਤਾ ਪਾਰਟੀ ਦਾ ਮੈਨੀਫੈਸਟੋ 'ਚ ਕੀ ਹੈ? 370, ਮਾਫ਼ੀ ਚਾਹਾਂਗਾ ਅਤੇ ਰਾਮ ਮੰਦਰ। ਯਾਰ ਰਾਮ ਮੰਦਰ, ਰਾਮ ਸਾਡੇ ਲੋਕਾਂ ਦੇ ਦਿਲਾਂ 'ਚ ਵੱਸਦਾ, ਤੁਹਾਡੇ ਕੋਲ ਸਰਟੀਫਿਕੇਟ ਲੈ ਕੇ ਸਾਨੂੰ ਰਾਮ ਦੀ ਜ਼ਰੂਰਤ ਨਹੀਂ ਹੈ। ਮੈਂ ਅਗਰ ਆਪਣੇ ਧਰਮ ਦਾ ਪੱਕਾ, ਉਹਨੇ ਤੁਸੀਂ ਸਾਰੇ ਪੱਕੇ ਹੋ, ਤੁਸੀਂ ਰਾਮ ਦੀ ਸਿਆਸਤ ਛੱਡ ਦਿਓ, ਲੋਕਾਂ ਦੇ ਮੁੱਦਿਆਂ ਦੀ ਗੱਲ ਕਰੋ। ਉਸ ਤੋਂ ਇਲਾਵਾ ਜਿਹੜੇ ਦੋਗਲੇ ਵਾਅਦੇ ਕਰਦੇ ਨੇ ਬਿਜਲੀ,
ਕਿਆ ਜਿਸਲੇ ਪਹਿਲੇ ਸਰਕਾਰਾਂ ਸਨ ਕਿਆ ਅਸੀਂ ਬਿਜਲੀ ਦੇ ਕਿਰਾਏ ਦਿੰਦੇ ਸਨ? ਅੱਜ ਦੀ ਡੇਟ ਦੇ ਵਿੱਚ ਬਿਜਲੀ ਦਾ ਲੋਕਾਂ ਦਾ ਗਰੀਬਾਂ ਦਾ 1-1 ਲੱਖ ਰੁਪਇਆ ਬਿੱਲ ਹੈ। ਉਸਲੇ ਪਤਾ ਚੱਲਦਾ ਜਿਸਲੇ ਘਰਾਂ 'ਚ ਆ ਕੇ ਤਾਰਾਂ ਕੱਟੀਆਂ ਜਾਂਦੀਆਂ ਅਤੇ ਲੋਕ ਸੜਕਾਂ ਪਰ ਆਉਂਦੇ ਆ। ਅੱਜ ਕਿੱਥੇ ਮਾਫ਼ੀ ਚਾਹਵਾਂਗਾ ਨਈ ਬਸਤੀ ਵਾਲੇ ਜਿਨ੍ਹਾਂ ਨੇ ਬੜ ਚੜ੍ਹ ਕੇ ਢੋਲ ਮਾਰੇ ਜਿਸਲੇ 370 ਟੁੱਟੀ। ਅੱਜ ਜਿਸਲੇ ਉਹਨਾਂ ਦੀਆਂ ਦੁਕਾਨਾਂ ਪਰ ਬਲਡੋਜ਼ਰ ਫਿਰੇ ਅਤੇ ਉਸਲੇ ਆ ਕੇ ਸੜਕਾਂ ਦੇ ਉੱਪਰ ਧਰਨੇ ਲਗਾਏ। ਮੈਂ ਮੁਬਾਰਕ ਦਿਆਂਗਾ ਲੱਕੀ ਵੀਰ ਨੂੰ ਜਿਹੜਾ ਸ਼ਾਨਾ ਬਸ਼ਾਨਾ ਉਹਨਾਂ ਨਾਲ ਉੱਥੇ ਖੜ੍ਹਾ ਰਿਹਾ, ਪਰ ਉਹਨਾਂ ਨੇ ਜੋ ਕਰਨਾ ਸੀ ਉਹ ਕੀਤਾ। ਕਿਉਂ ਨਹੀਂ ਰੋਕਿਆ? ਕਿੱਧਰ ਗਏ ਇਹਨਾਂ ਦੇ ਉਹ ਵਾਅਦੇ? ਆਪਣੇ ਘਰ ਨੂੰ ਹੀ ਉਹਨਾਂ ਨੇ ਦਬਾ ਕੇ ਰੱਖਤਾ। ਆਪਣਾ ਹੀ ਸਾਡੇ ਜੰਮੂ 370 ਨਾਲ ਕਸ਼ਮੀਰ ਨੂੰ ਕੋਈ ਫਰਕ ਨਹੀਂ ਪਿਆ, ਜਿੰਨਾ ਫਰਕ ਪਿਆ ਜੰਮੂ ਨੂੰ ਪਿਆ। ਅੱਜ ਤੱਕ ਦੱਸ ਦਿਓ ਜੰਮੂ ਦਾ ਕੋਈ ਬੰਦਾ ਜਿਹੜਾ 370 ਨਾਲ ਖੁਸ਼ ਹੋਏ ਸਿਵਾਏ ਅੰਧ ਭਗਤਾਂ ਦੇ। ਉਹ ਵੀ ਦੁਖੀ ਹਨ ਵਿੱਚੋਂ, ਕਿਉਂਕਿ ਉਹਨਾਂ ਨੂੰ ਵੀ ਪਤਾ ਕਿ ਸਾਡਾ ਹੁਣ ਕੰਮ ਖਤਮ ਹੈ। ਇਹ 50 ਪਾਰ ਦਾ ਨਾਰਾ ਲਾ ਰਹੇ ਨੇ, ਮੈਂ ਤੁਹਾਨੂੰ ਇੱਥੇ ਬੋਲ ਕੇ ਜਾਣਾ, ਇਹ 50 ਪਾਰ ਨਹੀਂ ਹੋਣਗੇ, ਇਹ ਮੈਨੂੰ ਨਹੀਂ ਲੱਗਦਾ ਇਹ ਡਬਲ ਫਿਗਰ ਵਿੱਚ ਵੀ ਆਉਣਗੇ। ਔਰ ਨੈਸ਼ਨਲ ਕਾਨਫਰੰਸ ਔਰ ਜਿਹੜਾ ਕਾਂਗਰਸ ਦਾ ਅਲਾਇੰਸ ਹੈ, ਆਉਣ ਵਾਲੀ ਸਰਕਾਰ ਇਹਨਾਂ ਦੀ ਹੋਏਗੀ। ਮੈਂ ਤੁਹਾਨੂੰ ਇਹ ਦਾਅਵੇ ਨਾਲ ਬੋਲ ਦੇਣਾ ਕਿ ਅਸੀਂ 65+ ਅਲਾਇੰਸ ਜਾਏਗਾ। ਔਰ ਐਂਡ ਦੇ ਵਿੱਚ ਮੈਂ ਇੱਕ ਨਾਰਾ ਲਗਾਵਾਂਗਾ, ਜਿੱਦਾਂ ਸਾਰੇ ਬੜ ਚੜ੍ਹ ਕੇ ਜਵਾਬ ਦਿਓ, ਇੰਡੀਅਨ ਅਲਾਇੰਸ ਸਰਦਾਰ ਤਰਨਜੀਤ ਸਿੰਘ ਜੀ ਟੋਲੀ, ਸਰਦਾਰ ਰਾਹੁਲ ਗਾਂਧੀ ਜੀ, ਜਨਾਬ ਡਾਕਟਰ ਫਾਰੂਕ ਅਬਦੁੱਲਾ ਸਾਹਿਬ, ਜਨਾਬ ਅਮਰ ਅਬਦੁੱਲਾ ਸਾਹਿਬ, ਇੰਡੀਅਨ ਅਲਾਇੰਸ। ਧੰਨਵਾਦ। ਮੈਂ ਇੱਥੇ ਬੈਠੇ ਸਾਡੇ MLA ਸਾਹਿਬ, ਮੇਰੇ ਵਾਸਤੇ ਬੋਲਣ ਵਾਸਤੇ ਕੋਈ ਖਾਸ ਰਿਹਾ ਨਹੀਂ ਕਿ ਮੇਰੇ ਕਾਰਪੋਰੇਟਰ ਸਾਹਿਬ ਜਮਵਾਲ ਸਾਹਿਬ, ਸਰਦਾਰ ਬਾਬੂ ਸਿੰਘ ਜੀ, ਸਰਪੰਚ ਸਾਹਿਬ, ਜਿਹੜੇ ਸਾਡੇ ਆਪਣੇ ਇਲਾਕੇ ਦੇ ਮਲਿਕ ਮਾਰਕੀਟ ਦੇ, ਇਹਨਾਂ ਨੇ ਸਾਰੀ ਇੱਕ ਇੱਕ ਚੀਜ਼ ਬਿਆਨ ਕਰ ਦਿੱਤੀ ਹੈ, ਮਗਰ ਮੇਰੀ ਦੋ ਚੀਜ਼ਾਂ ਜਿਹੜੀਆਂ ਮੈਂ ਜ਼ਰੂਰ ਬੋਲਾਂਗਾ ਜੋ ਇਹਨਾਂ ਕੋਲੋਂ ਰਹਿ ਗਈਆਂ ਨੇ। ਇਹ ਜਿਹੜੀ ਸਾਡੀ ਤਾਕਤ ਹੈ ਨਾ, ਵੋਟ ਦੀ ਤਾਕਤ, ਵੋਟ ਦੀ ਤਾਕਤ ਦੇ ਕਰਕੇ ਟੋਨੀ ਜੀ ਇੱਥੇ ਆਏ। ਜੇ ਸਾਡੇ ਕੋਲ ਇਹ ਤਾਕਤ ਨਾ ਹੁੰਦੀ, ਇਹ ਸਾਨੂੰ ਜਾਣਦੇ ਵੀ ਨਹੀਂ ਕੌਣ ਕੌਣ ਨਹੀਂ ਹੈ। ਇਹ ਸਾਡੀ ਤਾਕਤ ਹੈ ਵੋਟ, ਆਪਣੀ ਤਾਕਤ, ਅਸੀਂ ਆਪਣੀ ਤਾਕਤ ਜਿੰਨੀ ਵੀ ਹੈ ਅਸੀਂ ਟੋਨੀ ਜੀ ਨੂੰ ਦੇ ਰਹੇ ਹਾਂ। ਹੁਣ ਅਸਾਂ ਇਹ ਵੇਖਣਾ ਇਸ ਤਾਕਤ ਨੂੰ ਕਿਸਾਂ ਇਸਤੇਮਾਲ ਕਰੇਗਾ। ਦੂਸਰਾ ਮੁੱਦਾ, ਅਗਰ BJP ਦੀ ਸਰਕਾਰ ਦੇ ਮਨ ਵੀ ਬੇਈਮਾਨੀ ਨਾ ਹੁੰਦੀ, ਉਹ ਸਾਨੂੰ ਸਟੇਟ ਦਾ ਦਰਜਾ ਦਿੰਦੀ, ਪਰ ਉਹ ਸਟੇਟ ਦਾ ਦਰਜਾ ਦਿੰਦੀ ਫਿਰ ਇਲੈਕਸ਼ਨ ਕਰਾਉਂਦੀ। ਉਹਦੇ ਮਨ ਵੀ ਬੇਈਮਾਨੀ ਹੈ, ਮੈਂ ਜਿੱਤਣਾ ਨਹੀਂ ਹੈ, ਮੈਂ ਸਟੇਟ ਦਾ ਦਰਜਾ ਨਹੀਂ ਦੇਣਾ। ਤੀਸਰੀ ਗੱਲ, ਇੰਪੋਰਟੈਂਟ ਗੱਲ, ਉਸਨੇ ਜਿੰਨੇ ਵੀ ਇਖਤਿਆਰਾਤ ਉਹਨੇ IG ਨੂੰ ਦੇ ਛੱਡੇ, MLA ਹੱਥ ਖੜੇ ਕਰ ਛੋੜੇ, ਕੀ ਬੋਲੇਗਾ, ਕੀ ਮੰਗੇਗਾ, ਤੁਹਾਡੇ ਚੀਫ ਮਿਨਿਸਟਰ ਨੂੰ ਕੀ ਕੀ ਆਖੇਗਾ? ਉਹ ਪਾਸ ਕਰੇਗਾ ਤਾਂ ਪਾਸ ਹੋਏਗਾ, ਉਹ ਪਾਸ ਨਹੀਂ ਕਰੇਗਾ ਤਾਂ ਨਹੀਂ ਹੋ ਸਕਦਾ। ਜਿੰਨਾ ਮਰਜ਼ੀ ਜ਼ੋਰ ਲਾ ਲਵਨ, ਜਿੰਨਾ ਮਰਜ਼ੀ ਜ਼ੋਰ ਲਾ, ਹਾਂ ਜਿਸ ਵਕਤ ਸਾਡੇ ਕੈਂਡੀਡੇਟ ਜਿੱਤ ਕੇ ਜਾਣਗੇ ਮੈਦਾਨ ਵਿੱਚ, ਇਹਨਾਂ ਨੂੰ ਸਾਰਾ ਬਲ ਮਿਲ ਵੀ ਹੋਏਗਾ, ਸਾਡੀ ਤਾਕਤ ਮਿਲ ਵੀ ਹੋਏਗੀ, ਇਹ ਬੋਲਣਗੇ, ਇਹ ਉੱਥੇ ਬੋਲਣਗੇ ਤੇ ਸਾਡਾ ਹੱਕ ਮੰਗਣਗੇ। ਅਸੀਂ ਅੱਜ 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 ਅਸੀਂ ਇਹਨਾਂ ਨੂੰ ਆਪਣਾ ਹੱਕ ਦੇ ਰਹੇ ਹਾਂ, ਹੱਕ ਦੇ ਰਹੇ ਹਾਂ ਲੜਨ ਵਾਸਤੇ।
ਬਾਕੀ ਜਿੱਤਣ ਦੇ ਹਾਰ ਦੀ ਗੱਲ 90 ਸੀਟ ਤੇ ਨੈਸ਼ਨਲ ਕਾਨਫਰੰਸ ਤੇ ਕਾਂਗਰਸ ਲੜ ਰਹੀ ਹੈ, 55 ਸੀਟ ਤੇ ਬੀਜੇਪੀ ਲੜ ਰਹੀ ਹੈ, ਤੇ 50 ਕਿੱਥੋਂ ਲਿਆਏਗੀ? ਉਸਨੇ ਮੰਗਣੀਆਂ ਕਿਸੇ ਕੋਲੋਂ ਤੇ ਦੇਗਾ ਕੌਣ? ਕੌਣ ਦੇਗਾ ਉਹਨੂੰ ਪਲੇਟ ਵਿੱਚ? ਆ ਮੈਂ ਤੇਰੇ ਨਾਲ ਚੱਲਾਂਗਾ, ਨੈਸ਼ਨਲ ਕਾਨਫਰੰਸ ਜਾਏਗੀ, ਕਾਂਗਰਸ ਜਾਏਗੀ, ਇੰਜੀਨੀਅਰ ਰਸ਼ੀਦ ਜਾਏਗਾ, ਕਿਹੜਾ ਜਾਏਗਾ? ਹਕੂਮਤ ਤੁਹਾਡੀ ਆਣੀ ਹੈ, ਬੇਸ਼ਰ ਤੇ ਵੋਟ ਐਂਡ ਸਪੋਰਟ ਕਰੋ ਸਾਡੇ ਕੋਲ। ਇਹੀ ਜਿਸ ਨੂੰ ਨੰਬਰ 1 ਸਟੇਟ ਕਿਹਾ ਜਾਂਦਾ ਸੀ ਉਸ ਸਟੇਟ ਘੇਲ ਦਿੱਤਾ ਔਰ ਐਲਜੀ ਰਾਜ ਲਗਾ ਦਿੱਤਾ। 10 ਸਾਲ ਸਾਡੇ ਇੱਥੇ ਜੰਮੂ ਕਸ਼ਮੀਰ ਦੇ ਵਿੱਚ ਐਲਜੀ ਰਾਜ ਕਾਇਮ ਕੀਤਾ ਔਰ ਕਰਨ ਤੋਂ ਬਾਅਦ ਕਿਸੇ ਨੂੰ ਕੋਈ ਸਰਕਾਰੀ ਨੌਕਰੀ ਨਹੀਂ ਦਿੱਤੀ ਗਈ, ਮਹਿੰਗਾਈ ਕੀਤੀ ਗਈ, ਡੀਜ਼ਲ ਪੈਟਰੋਲ ਵਧਾਇਆ ਗਿਆ। ਜਦ ਕਾਂਗਰਸ ਦੀ ਸਰਕਾਰ ਸੀ ਡਾਕਟਰ ਮਨਮੋਹਨ ਸਿੰਘ ਸਾਹਿਬ ਦੀ, ਉਸ ਵਕਤ ਧਰਨੇ ਦਿੰਦੇ ਸਨ, ਕਹਿੰਦੇ ਸਨ ਜੀ ਬਹੁਤ ਬਹੁਤ ਡੀਜ਼ਲ ਮਹਿੰਗਾ ਹੋ ਗਿਆ, ਬਹੁਤ ਪੈਟਰੋਲ ਮਹਿੰਗਾ ਹੋ ਗਿਆ। ਜਿਸ ਵਕਤ ਇਹਨਾਂ ਦੀ ਆਈ ਜਾਂ ਸਿਲੰਡਰ ਸਬਜ਼ੀਆਂ ਜਾਂ ਬਾਕੀ ਹੋਰ ਜੋ ਕੁਛ ਵੀ ਇਹਨਾਂ ਕੋਲ ਜਿੰਨਾ ਜੋ ਕਰਨਾ ਸੀ, ਜੋ ਹੈ ਬਿਜ਼ਨਸਮੈਨਾਂ ਦੀ ਸਰਕਾਰ ਹੈ ਔਰ ਇਹਨਾਂ ਨੇ ਹਰ ਚੀਜ਼ ਬੰਦ ਕਰ ਦੇਣੀ, ਗਡੋਨਾਂ ਦੇ ਵਿੱਚ ਰੱਖ ਦੇਣੀ, ਉਸ ਤੋਂ ਬਾਅਦ ਮਹਿੰਗੀ ਕਰ ਦੇਣੀ। ਔਰ ਆਪ ਸਾਰਿਆਂ ਨੂੰ ਯਾਦ ਹੋਏਗਾ ਕਿ ਐਸਆਈ ਦਾ ਪੇਪਰ ਹੋਇਆ, ਉਸਦੇ ਵਿੱਚ ਸਾਰਿਆਂ ਬੱਚਿਆਂ ਨੇ ਇਗਜ਼ਾਮ ਦਿੱਤਾ, ਮੇਰੇ ਬੱਚੇ ਨੇ ਵੀ ਇਗਜ਼ਾਮ ਦਿੱਤਾ, 3 ਵਾਰ ਇਗਜ਼ਾਮ ਦਿੱਤਾ ਗਿਆ, 3 ਵਾਰ ਜੋ ਸੀ ਇਹਨਾਂ ਨੇ ਇੱਕ ਠੇਕਾ ਦਿੱਤਾ ਗਿਆ ਪੁਲਿਸ ਦੇ ਬਜਾਏ ਐਪਲ ਕੰਪਨੀ ਨੂੰ ਔਰ ਉਸ ਐਸਐਸਪੀ ਨੂੰ ਦਿੱਤਾ ਗਿਆ, ਐਸਐਸਪੀ ਨੇ ਐਪਲ ਕੰਪਨੀ ਨੂੰ ਦਿੱਤਾ ਗਿਆ, ਉਸਨੇ ਪੈਸੇ ਖਾਦੇ। 90 ਜੋ ਸਟੂਡੈਂਟ ਸਨ ਉਹ ਅਖਨੂਰ ਯੂਨੀਵਰਸਿਟੀ ਤੋਂ, ਇੱਕੋ ਯੂਨੀਵਰਸਿਟੀ ਦੇ 90 ਸਟੂਡੈਂਟ ਜੋ ਸਨ ਉਹ ਉਹਨਾਂ ਨੇ ਪੇਪਰ ਦਿੱਤਾ, ਇੱਕ ਘਰ ਚੋਂ 3-3 ਬੱਚਿਆਂ ਨੇ ਜੋ ਸਨ ਪੇਪਰ ਪਾਸ ਕੀਤਾ ਗਿਆ। ਉਸ ਤੋਂ ਬਾਅਦ ਉਹ ਬਹੁਤ ਵੱਡਾ ਘਪਲਾ ਹੋਇਆ, ਕਿਸੇ ਵੱਡਾ ਅਫਸਰ ਚਾਹੇ ਐਲਜੀ ਸੀ ਚਾਹੇ ਕੋਈ ਹੋਰ ਸੀ, ਕੋਈ ਅੰਦਰ ਨਹੀਂ ਹੋਇਆ, ਸਿਰਫ ਛੋਟੇ ਮੋਟਿਆਂ ਨੂੰ ਅੰਦਰ ਕਰਕੇ ਗੱਲ ਖਤਮ ਕੀਤੀ ਗਈ। ਪਰਸੋਂ ਚੌਥ ਰਾਮਨਗਰ ਵਿਖੇ ਇੱਕ ਜਲਸਾ ਹੁੰਦਾ, ਉੱਥੇ ਬੀਜੇਪੀ ਦੀ ਇੱਕ ਗੱਡੀ ਪਕੜੀ ਜਾਂਦੀ ਹੈ, 6,85,000 ਰੁਪਇਆ SHO ਪਕੜਦਾ ਹੈ, ਝੰਡੇ ਬੀਜੇਪੀ ਦੇ ਮਿਲਦੇ ਨੇ, ਉੱਥੇ ਦੀ ਗੱਲ ਉੱਥੇ ਹੀ ਖਤਮ ਹੋ ਜਾਂਦੀ ਹੈ। ਇੱਕ ਬਹੁਤ ਵੱਡਾ ਜਹਾਜ਼ ਅੰਬਾਨੀ ਅਡਾਨੀ ਦਾ ਪਕੜਿਆ ਗਿਆ ਗੁਜਰਾਤ ਦੇ ਵਿੱਚ, ਉਸਦੇ ਵਿੱਚੋਂ ਬਹੁਤ ਵੱਡੀ ਜੋ ਸੀ ਇੱਕ ਖੇਪ ਪਕੜੀ ਗਈ 1,00,000 ਰੁਪਏ ਦੇ ਹਿਸਾਬ ਦੇ ਨਾਲ, ਉਹ ਗੱਲ ਉੱਥੇ ਦੀ ਉੱਥੇ ਖਤਮ ਕੀਤੀ ਗਈ। ਇਸ ਕਰਕੇ ਸਾਨੂੰ, ਮੈਂ ਜ਼ਿਆਦਾ ਵਿਸਤਾਰ ਵਿੱਚ ਨਾ ਜਾਂਦਾ ਹੋਇਆ, ਬੜਿਆਂ ਨੇ ਬੋਲਣਾ ਹੈ, ਸਾਰੇ ਹੀ ਇੱਥੇ ਬੜੇ ਸੁਝਵਾਨ ਵਿਅਕਤੀ ਬੈਠੇ ਨੇ, ਸਰਦਾਰ ਤਰਨਜੀਤ ਸਿੰਘ ਜੀ ਟੋਨੀ ਯੂਥ ਨੇ, ਇੱਕ ਵਾਰ ਸਾਨੂੰ ਫਿਰ ਇੱਕ ਮੌਕਾ ਮਿਲਿਆ ਹੈ, ਆਪ ਜੀ ਸਾਰਿਆਂ ਨੇ ਹੀ ਮਿਲ ਜੁਲ ਕੇ, ਖਾਸ ਕਰਕੇ ਮੁਸਲਿਮ ਬਰਾਦਰੀ ਹਮੇਸ਼ਾ ਸਾਡੇ ਨਾਲ ਇੱਥੇ, ਅਸੀਂ ਅਰਸਪੁਰਾ ਤੋਂ ਆਏ ਰਹੇ ਹਾਂ, 35 ਸਾਲ ਤੋਂ ਇੱਥੇ ਰਹਿ ਰਹੇ ਹਾਂ ਤੇ ਸਾਡੇ ਨਾਲ ਕੰਧੇ ਨਾਲ ਕੰਧਾ ਮਿਲਾ ਕੇ ਚੱਲਦੇ ਨੇ। ਔਰ ਮੈਂ ਇਹਨਾਂ ਨੂੰ ਸਰਦਾਰ ਤਰਨਜੀਤ ਸਿੰਘ ਟੋਨੀ ਨੂੰ ਯਕੀਨ ਦਵਾਉਂਦਾ ਹਾਂ ਕਿ ਅਸੀਂ ਵੱਧ ਤੋਂ ਵੱਧ ਇਹਨਾਂ ਨੂੰ ਨਾਲ ਲੈ ਕੇ, ਆਪ ਜੀ ਦਾ ਹਿੰਦੂ ਵੀਰਾਂ ਦਾ, ਸਿੱਖ ਬਰਾਦਰੀ ਦਾ, ਇੱਥੇ ਲਗਭਗ ਸਾਡੇ ਇਸੇ ਇਲਾਕੇ ਦੇ ਵਿੱਚ ਹੀ ਲੋਕ ਜੋ ਹੈ 450 ਘਰ ਜੋ ਹੈ ਸਾਡੀ ਸਿੱਖ ਬਰਾਦਰੀ ਦਾ, ਇਸੇ ਤਰ੍ਹਾਂ ਹੀ 1,000 ਤੋਂ ਉੱਪਰ ਜੋ ਹੈ ਮੁਸਲਿਮ ਬਰਾਦਰੀ ਹੈ, ਇਸੇ ਤਰ੍ਹਾਂ ਹੀ ਹਿੰਦੂ ਵੀਰ ਜੋ ਹੈ, ਕੋਈ ਕਸ਼ਮੀਰ ਤੋਂ, ਕੋਈ ਪੁੰਛ ਤੋਂ, ਕੋਈ ਕਿਸੇ ਜਗ੍ਹਾ ਤੋਂ ਇੱਥੇ ਆ ਕੇ ਜੋ ਹੈ ਵਸੂ ਕੀਤੀ ਹੈ ਤੇ ਸਾਰੇ ਇੱਥੇ ਰਹਿ ਰਹੇ ਨੇ, ਸਾਰਿਆਂ ਦਾ ਆਪਸ ਵਿੱਚ ਬੜਾ ਪਿਆਰ ਹੈ, ਜਦੋਂ ਵੀ ਕਿਤੇ ਕੋਈ ਇਲੈਕਸ਼ਨ ਹੁੰਦੀ ਹੈ ਇਸੇ ਤਰ੍ਹਾਂ ਹੀ ਸਾਰਿਆਂ ਦਾ ਉਹ ਸਾਥ ਦਿੰਦੇ ਨੇ ਤੇ ਮੈਂ ਇਹਨਾਂ ਨੂੰ ਯਕੀਨ ਦਵਾਉਂਦਾ ਹਾਂ ਅਸੀਂ ਸਾਰੇ ਹੀ ਤਨ ਮਨ ਧਨ ਦੇ ਨਾਲ ਆਪ ਜੀ ਦਾ ਸਾਥ ਦੇਵਾਂਗੇ। ਬਹੁਤ ਬਹੁਤ ਵੱਡੀ ਜਿੱਤ ਪ੍ਰਾਪਤ ਕਰਕੇ ਆਪ ਜੀ ਨੂੰ ਜੋ ਹੈ ਵਿਧਾਨ ਸਭਾ ਦੇ ਵਿੱਚ ਭੇਜਾਂਗੇ ਔਰ ਆਪ ਜੀ MLA ਬਣ ਕੇ ਜਾਵੋਗੇ ਔਰ ਉੱਥੇ ਜਾ ਕੇ ਸਾਡੇ ਜੋ ਕੰਮ ਰਹਿੰਦੇ ਨੇ ਜੋ ਨਹੀਂ ਕੀਤੇ ਗਏ ਉਹ ਆਪ ਜੀ ਜ਼ਰੂਰ ਕਰੋਗੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਭੁੱਲਾਂ ਚੁੱਕਾਂ ਦੀ ਖੇਮਾ ਜੀ। ਹੁਣ ਆਦਰਨੀਏ
ਮੇਰੇ ਛੋਟੇ ਭਰਾ ਤੇ ਵੱਡੀ ਉਪਲਬਧੀ ਹੈ ਨਾ, ਟੀ ਐਸ ਟੋਨੀ ਸਾਹਿਬ ਉਹਦੇ ਕੰਨੇ, ਸਰਪੰਚ ਸਾਹਿਬ ਬਲਕ ਮਾਰਕੀਟ ਦੇ, ਵਾਰਡ ਪ੍ਰੈਜ਼ੀਡੈਂਟ ਕੁਲੂਮ ਜੀ ਸਾਡੇ, ਬਾਬੂ ਸਿੰਘ ਹੋਰ ਸੈਕਟਰੀ, ਦੂਏ ਬਾਬੂ ਸਿੰਘ ਹੋਰ ਪ੍ਰੈਜ਼ੀਡੈਂਟ, ਬੀ ਡੀ ਓ ਸਾਹਿਬ, ਤਮਾਮ ਤਾਜ਼ੀਮ ਸਾਹਿਬ, ਇਹ ਆਪਣੇ ਰਾਜੂ ਜੀ ਹੈ ਨਾ, ਸ਼ਮਸ਼ੇਰ ਹੋਰ ਸਾਡੇ ਬਲਾਕ ਪ੍ਰੈਜ਼ੀਡੈਂਟ, ਮਤਲਬ ਆਖਣ ਦਾ ਇਹ ਹੈ ਕਿ ਸਾਰਿਆਂ ਦਾ ਮਿਲੀ ਜੁਲੀ ਹੈ। ਟੀ ਐਸ ਟੋਨੀ ਸਾਹਿਬ ਦਾ ਅਸੀਂ ਵੈਲਕਮ ਕਰਨੇ ਆ, ਕਿਉਂਕਿ ਬੜਲੇ 7 ਵਜੇ ਗੁਰਦੁਆਰਾ ਸਾਹਿਬ ਆਏ ਰਹੇ, ਠੀਕ ਹੈ ਨਾ, 8-10 ਵਜੇ ਤੋਂ 8:15 ਵਜੇ ਗਏ ਨੇ। ਦੇਖੋ ਮਲਕ ਮਾਰਕੀਟ ਜਿਹੜੀ ਹੈ, ਮਲਕ ਮਾਰਕੀਟ ਹੋਇਆ, ਸ਼ਨੀ ਰਾਮਾ ਹੋਇਆ, ਬਠਿੰਡੀ ਹੋਇਆ, ਉੱਪਰਲੇ ਇਲਾਕੇ ਜਿੰਨੇ ਵੀ ਹਨ ਸਾਡੇ, ਇਹ ਸਾਰੇ ਦਾ ਸਾਰਾ ਇੱਕ ਸਟੈਂਪ ਲੱਗੀ ਹੈ ਸਾਡੇ ਪਰ ਕਿ ਇਹ ਵੋਟ ਜਿਹੜਾ ਹੈ ਉਹ ਭਾਈ ਕਾਂਗਰਸ ਕੀ ਜਾਣਾ। ਅੱਜ ਬਦਨਾਮ ਆ, ਅੱਜ ਜਿਹੜੀਆਂ ਸਾਡੇ ਵੀਰੇ ਬਲਡੋਜ਼ਰ ਦੀਆਂ ਕਾਰਵਾਈ ਹੁੰਦੀਆਂ ਨਾ, ਇਹ ਅਸੀਂ ਦਬਾਉਣ ਵਾਸਤੇ ਹੁੰਦੀਆਂ ਕਿ ਡਰਾਇਆ ਜਾ, ਧਮਕਾਇਆ ਜਾ, ਤਾਂ ਕਿ ਲੋਕ ਸਾਡੇ ਕੰਨੇ ਕੁਛ ਜੁੜਨ। ਅੱਜ ਵਕਤ ਗਿਆ, ਅੱਜ ਕੱਲ੍ਹ ਲੋਕ ਆ ਕੇ ਮੇਰਾ ਢਾਣਾ ਦੇ ਢਾਈ ਲੈ, ਲੇਕਿਨ ਮੇਰੀ ਜਿਹੜਾ ਅਸੂਲ ਹੈ ਉਹ ਉੱਥੇ ਚੱਲੇਗਾ। ਅਸ ਮੰਨਣੇ ਆ, ਇਹ ਸਿਰਫ ਇੱਥੇ ਨਹੀਂ ਹੈ, ਪੂਰੇ ਹਿੰਦੁਸਤਾਨ 'ਚ ਐਸੀਆਂ ਕਈ ਜਗ੍ਹਾ ਨੇ ਜਿੱਥੇ ਆ ਲੱਖਾਂ ਲੋਕ ਵਸੇ ਦੇ ਨੇ। ਇਹ ਸਿਰਫ ਸ਼ਨੀ ਰਾਮਾ 'ਚ ਨਹੀਂ ਹਨ ਕਿ ਲੋਕਾਂ ਸਟੇਟ ਲੈਂਡ ਆਕੂਪਾਈ ਕੀਤੀ ਦੀ ਹੈ, ਮਾਲਕੀਆਂ ਵੀ ਹਨ ਸਾਡੀਆਂ। ਮੈਂ ਅੱਜ ਦੀ ਇਸ ਸਭਾ ਦੇ ਵਿੱਚ, ਟੋਨੀ ਸਾਹਿਬ ਤੁਸੀਂ ਯਕੀਨ ਮੰਨਿਓ, ਮੈਨੂੰ 24 ਸਾਲ ਹੋਈ ਆ, ਮੇਰਾ ਆਪਣੀ ਬਰਾਦਰੀ ਦਾ ਵੋਟ ਜਿਹੜਾ ਆ ਉਹ ਟੋਟਲ ਕੋਈ 450 ਹੈ, ਲੇਕਿਨ ਇਹ ਬਰਾਦਰੀ ਜਿਹੜੀ ਹੈ ਉਹ ਕਿਸੇ ਵੀ ਕਾਸਟ ਕੰਨੇ ਬਿਲੋਂਗ ਕਰਦੀ ਹੈ। ਇਹਨੇ ਮੈਨੂੰ ਅੱਜ 24 ਸਾਲ ਹੋਇਆ ਨੁਮਾਇੰਦਗੀ ਦਿੰਦੇ, ਔਰ ਸਭ ਤੋਂ ਵੱਡੀ ਗੱਲ ਹੈ ਕਿ ਜਿਹੜਾ ਸਾਡੇ ਸਰਦਾਰ ਸਾਹਿਬ ਨੇ ਬੋਲਿਆ ਕਿ ਸਾਡਾ ਇੱਥੋਂ ਦਾ ਭਾਈਚਾਰਾ ਇੰਨਾ ਮਜ਼ਬੂਤ ਹੈ, ਠੀਕ ਹੈ, ਇੱਥੇ ਬੰਬ ਬੰਬ ਬੋਲੇ ਹੋਇਆ ਸਾਡੇ, ਉਹਨੇ ਕਿਸੇ ਕਮਿਊਨਿਟੀ ਦਾ ਉਹਦੇ ਧਰਮ ਪੰਡਾਲ ਲਿਆ ਗਿਆ, ਪੱਥਰ ਮਾਰੇ ਗਏ, ਲੇਕਿਨ ਉਹਦੇ ਬਾਅਦ ਅਸੀਂ ਮੀਟਿੰਗ ਕੀਤੀ, ਅਸੀਂ ਬੰਦ ਕਰਾਈ ਉੜਿਆ ਕਿ ਕੋਈ ਆਦਮੀ ਇੰਟਰ ਨਹੀਂ ਕਰੇਗਾ ਰਿਟਸ ਕੋਲਾ, ਅੰਡਰਵਾਲ ਕੋਲਾ। 3 ਮਹੀਨੇ ਅਸੀਂ ਲੋਕਾਂ ਬਿਜ਼ਨਸ ਕੀਤਾ, ਲੇਕਿਨ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜਾ ਬਾਹਰ ਦਾ ਬੰਦਾ ਇੰਟਰ ਹੁੰਦਾ ਅਸੀਂ ਬਦਨਾਮ ਕਰਨੇ ਵਾਸਤੇ, ਉਹ ਸਾਡੇ ਕੋਲ ਬਰਦਾਸ਼ਤ ਨਹੀਂ ਹੁੰਦਾ। ਇਹ ਸਾਡੀਆਂ ਕੌਮਾਂ ਬੈਠਦੀਆਂ, ਸਾਡੇ ਲੋਕ ਬੈਠੇ ਦੇ ਬੁੱਧੀਜੀਵੀ ਲੋਕ ਨੇ, ਜਿਹਦੇ ਪਿੱਛੇ ਕਮ ਸੇ ਕਮ 100-100 ਫੈਮਿਲੀ ਚੱਲਦੀ ਹੈ, 200-200 ਫੈਮਿਲੀ ਚੱਲਦੀ ਹੈ। ਅਸੀਂ ਬਈਆ ਅਸੀਂ ਆਪਣਾ ਨਿਵਾਰਨ ਆਪੋ ਕਰੀ ਸਕਦੇ ਹਾਂ, ਸਾਡੇ ਕੋਲ ਇੰਨੀ ਸ਼ਕਤੀ ਆ ਹੈ, ਸਾਡੇ ਕੋਲ ਐਸੇ ਲੋਕ ਨੇ ਵਿੱਚ ਬੈਠੇ ਦੇ ਜਿਹੜੇ ਉਹ ਸੋਚ ਸਕਦੇ ਨੇ, ਕਰੀ ਸਕਦੇ ਨੇ। ਸ਼ਰਤ ਇਹ ਕਿ ਅਸੀਂ ਕਿ ਦਵਾਇਆ ਜਾਗ ਤਾਂ ਉਹ ਵਕਤ ਗਿਆ, ਪਹਿਲਾਂ ਵੀ ਗਿਆ, ਅੱਗੇ ਵੀ ਨਹੀਂ ਆਉਣ ਦੇਣਾ। ਦੇਖੋ ਸਾਡੀ ਇੱਕ ਲਹਿਰ ਬਣੀ ਪੈਦੀ ਹੈ, ਔਰ ਦੇਖੋ ਝੂਠ ਨਹੀਂ ਬੋਲੋ ਹੈ, ਐਡਵਾਂਸ 'ਚ ਤਾਂ ਆਖੀ ਨਹੀਂ ਸਕਦਾ ਕੋਈ ਕਿਸ਼ ਹੈ, ਲੇਕਿਨ ਕਿਉਂਕਿ ਸਾਡੇ ਸਾਂਝਾ ਕੈਂਡੀਡੇਟ ਨੇ, ਜਿੱਥੇ ਐਨ ਸੀ ਹੈ ਉੱਥੇ ਕਾਂਗਰਸ ਨਹੀਂ ਹੈ, ਜਿੱਥੇ ਕਾਂਗਰਸ ਹੈ ਉੱਥੇ ਐਨ ਸੀ ਨਹੀਂ ਹੈ, ਠੀਕ ਹੈ। 4-5 ਸੀਟਾਂ ਜਿਹੜੀਆਂ ਅਸੀਂ ਕੰਪਰੋਮਾਈਜ਼ ਕਰਨਾ ਖੜੇ ਕੀਤੇ ਦੀਆਂ, ਠੀਕ ਹੈ ਨਾ। ਤੋ ਗੱਲ ਇਹ ਹੈ ਕਿ ਜਿਹੜੀ ਸਾਡੀ ਰਸਮੋ ਰਿਵਾਜ਼ ਹੈ ਕਿ ਕਾਂਗਰਸ ਦਾ ਵੋਟ ਕੇ ਇੱਥੇ ਨਿਕਲਦਾ, ਜਿਉਂ ਹੁਣ ਇਹ ਪਤਾ ਚੱਲਦਾ ਕਿ ਸਾਡਾ ਬਾਗੇ ਬਾਹੂ ਕੋਲ ਸਟਾਰਟ ਹੁੰਦਾ ਹੈ, ਬਾਗੇ ਬਾਹੂ ਹੋਈ ਆ, ਨਰਵਾਲ ਹੋਈ ਆ, ਸਾਡਾ ਸ਼ਨੀ ਰਾਮਾ ਹੋਈ ਆ, ਬਠਿੰਡੀ, ਚਾਟਾ, ਸੁੰਝਵਾਂ, ਹੈ ਨਾ, ਇਹ ਡੂਗੀਆਂ, ਇਹ ਸਾਰੀਆਂ ਜਿਹੜੀਆਂ ਚੀਜ਼ਾਂ ਚੱਲਦੀਆਂ ਨੇ, ਤੇ ਇਹਨਾਂ ਹੀ ਪਤਾ ਲੱਗੀ ਜਾਂਦਾ ਹੁਣ ਇਹ ਬਾਕੀਆਂ ਲਈ। ਬਸ ਭਾਈ ਹੁਣ ਜੇ ਤੇ ਅਸ ਕੋਈ 15-20 ਹਜ਼ਾਰ ਵੋਟ ਕਰਨੇ ਅੱਗੇ ਪਿੱਛੇ ਚੱਲਣੇ ਤਾਂ ਗਏ ਸਾਡੀ ਸੀਟ, ਕਿਉਂ ਹੁਣ ਇਹ ਪਤਾ ਇਹ ਵੋਟ ਜਾਣਾ ਕਿਉਂ ਕਾਂਗਰਸ ਦਾ। ਮੈਂ ਤੁਹਾਡੇ ਸਾਰਿਆਂ ਅੱਗੇ ਬੇਨਤੀ ਇਹ ਕਰਨਾ, ਸਾਡਾ ਵੋਟ ਬੜਾ ਹੈ, ਬਹੁਤ ਵੋਟ ਹੈ ਸਾਡਾ, ਲੇਕਿਨ ਅਸੀਂ ਵੋਟ ਕੀ ਘੱਟ ਕਾਸਟ ਕਰਨੇ ਆ। ਅਸੀਂ ਆਖਣਾ ਯਾਰ ਬੜਾ ਵੋਟ ਨਹੀਂ, ਇੱਕ ਵੋਟ ਵੀ ਅਗਰ ਕਿਸੇ ਦਾ ਰਹਿੰਦਾ ਨਾ ਤੁਸੀਂ ਕਾਸਟ ਕਰਿਓ, ਸਾਡੀ ਪਰਸੈਂਟੇਜ ਅਗਰ ਵਧੀ ਨਾ ਅਸੀਂ ਕਾਫੀ ਲਈ ਹੈ ਜਿੱਤਣਾ,
ਅਸੀਂ ਨਹੀਂ ਆਖਦੇ ਡੈਮੋਕ੍ਰੇਸੀ ਹੈ ਹਰ ਬੰਦੇ ਨੇ ਤੁਹਾਡੇ ਕੋਲ ਆਉਣਾ, ਲੇਕਿਨ ਉਹਦੀਆਂ ਨੀਤੀਆਂ ਪੁੱਛੋ, ਉਹਦੀਆਂ ਨੀਤੀਆਂ ਠੀਕ ਨਹੀਂ। ਇਲੈਕਸ਼ਨ 'ਚ ਕਿਸ ਆਖਦੇ ਨੇ, ਪਹਿਲਾਂ ਕਿਸ ਆਖਦੇ ਨੇ, ਇਲੈਕਸ਼ਨ ਤੋਂ ਬਾਅਦ ਵੀ ਕਿਸ ਆਖਦੇ ਨੇ। ਸਾਡੀ ਇੱਕ ਨੀਤੀ ਹੁੰਦੀ ਹੈ, ਸਾਫ਼ ਸੁਥਰੀ ਗੱਲ ਕਰਨੀ, ਸਾਫ਼ ਸੁਥਰੀ ਲੋਕਾਂ 'ਚ ਰਹਿਣਾ। ਨੰਬਰ ਦੋ ਗੱਲ, ਕਦੇ ਤੁਸੀਂ ਦੇਖਿਆ ਕਿ ਕੋਈ ਵੀ ਮਜ਼ਹਬ ਦੀ ਵਿਧਵਾ ਹੋਵੇ, ਉਸ ਵਿਧਵਾ ਕਹਿੰਦਾ ਸਾਰੇ ਦੀ ਸੁਣ ਸਹਾਨੁਭੂਤੀ ਹੁੰਦੀ ਕਿ ਨਹੀਂ ਯਾਰ ਨਜਾਇਜ਼ ਹੋਏਗਾ, ਇਹਨਾਂ ਵਿਧਵਾ ਪੈਨਸ਼ਨ ਬੰਦ ਕਰੇ। ਬੁੱਢੀਆਂ ਜਿਹੜੀਆਂ ਵਿਚਾਰੀਆਂ ਜਾਂ ਜਿਹੜੀ 40 ਸਾਲ ਦੀ ਵਿਡੋ ਹੈ, ਆਹਦੇ ਨਾਲ ਪਹਿਲਾਂ BPL ਬਣਾਓ, ਪਹਿਲਾਂ BPL ਬੰਦ ਕੀਤਾ ਫਿਰ ਸਾਰੀਆਂ ਉਹ ਪੈਨਸ਼ਨਾਂ। ਅਗਰ BPL ਨਹੀਂ ਹੋਏਗਾ ਤਾਂ ਸਾਡੀ ਪੈਨਸ਼ਨ ਨਹੀਂ ਲੱਗਣੀ। ਹੁਣ ਆਹਦੇ ਅਸੀਂ 3000 ਕਰੀ ਉੜਿਆ, ਉਹ 1000 ਤੇ ਦਿਓ ਜਿਹੜਾ ਤੁਸੀਂ ਦਿੱਤਾ ਉਹ ਬੰਦ ਕਰੀ ਉੜਿਆ ਤੁਸੀਂ। ਰਾਸ਼ਨ ਕਾਰਡ ਜਿਹੜੇ ਸਾਡੇ ਬੰਦ ਹੈ, ਇਸ ਦਾ 15% ਰਾਸ਼ਨ ਕੱਟ ਰਹੀ ਹੈ ਦਿਨ ਸਾਡੇ ਰਾਸ਼ਨ। ਅੱਛਾ ਦੂਆ ਰਾਸ਼ਨ ਕਾਰਡ ਪਰ ਜਿਹੜਾ ਆ ਉਹ ਨਾ ਮਾਤਰ ਦਾ ਆਉਂਦਾ ਹੈ, ਉਹ ਆਟਾ ਆਉਂਦਾ ਹੈ ਨਾ, ਤੇ ਉਹਦੇ ਤੇਲ ਬੰਦ ਕਰੀ ਉੜਿਆ, ਚੀਨੀ ਬੰਦ ਕਰੀ ਉੜੀ, ਮਤਲਬ ਸਾਰੀਆਂ ਚੀਜ਼ਾਂ ਬੰਦ ਨੇ। ਫਿਰ ਕੋਠੀਆਂ ਦੇਖਣੇ ਆਈ ਜਾਂਦੇ, ਇਹਨੇ ਕੋਠੀਆਂ ਬਣਾਈ ਦੀਆਂ ਤਾਂ ਰਾਸ਼ਨ ਕਾਰਡ ਬੰਦ ਕਰੋ। ਇਹ ਜਿਹੜੀਆਂ ਛੋਟੀ ਛੋਟੀ ਚੀਜ਼ਾਂ ਸਾਖਣੇ, ਛੋਟੀ ਇੱਕ ਗਰੀਬ ਵਾਸਤੇ, ਇੱਕ ਆਮ ਆਦਮੀ ਵਾਸਤੇ, ਮੈਂ ਵੀ ਉਹਦੇ 'ਚ ਸ਼ਾਮਿਲ ਹਾਂ। ਇੱਕ ਆਮ ਆਦਮੀ ਵਾਸਤੇ ਅੱਜ ਕੱਲ੍ਹ ਦੀ ਜਿਹੜੀ ਰੋਜ਼ਮਰਾ ਦੀ ਜ਼ਿੰਦਗੀ ਹੈ ਨਾ, ਉਹ ਗੁਜ਼ਾਰਾ ਕਰਨਾ ਬੜਾ ਮੁਸ਼ਕਲ ਹੋ ਜਾਂਦਾ। ਬਿਜ਼ਨਸ ਤੁਸੀਂ ਕਿੰਨਾ ਕਰਦੇ ਇਹ ਬਿਜ਼ਨਸ ਦੇ, ਟਰਾਂਸਪੋਰਟ ਕਿੰਨਾ ਹੈ ਸਾਡਾ, ਬੰਦ ਕਰੀਏ ਦੇ ਲੋਕ ਇੰਨੇ ਇੰਨੇ ਚਾਰਜਿਸ ਉਹਦੇ ਪਰ ਲਾਏ ਉੜੇ ਦੇ ਨੇ, ਇੰਨੇ ਇੰਨੇ ਮਤਲਬ ਇੰਨਾ ਕਿ ਇੱਕ ਆਦਮੀ ਬਣੀ ਵੀ ਨਹੀਂ ਸਕਦਾ, ਉੱਥੇ ਪੁੱਜੇ ਵੀ ਨਹੀਂ ਸਕਦਾ। ਸਰਮਾਏਦਾਰ ਪਾਰਟੀ ਹੈ ਭਾਰਤੀ ਜਨਤਾ ਪਾਰਟੀ, ਠੀਕ ਹੈ ਨਾ, ਲੱਖਾਂ ਰੁਪਏ ਕਰੋੜਾਂ ਰੁਪਏ, ਬੁਰਾ ਨਹੀਂ ਮੰਨਿਓ ਟੋਨੀ ਸਾਹਿਬ, ਮੈਂ ਤੁਸੀਂ ਵੀ ਆਖਣਾ ਅੱਜ ਦੇਖੀ ਲਓ ਸਾਡੇ ਕੋਲ, ਅੱਜ ਸਾਡੀ ਗਰੀਬ ਪਾਰਟੀ ਹੈ ਨਾ, ਸਾਡੇ ਇਹਨੇ ਪਿਛਲੇ ਵਾਰੀ ਲੋਕ ਸਭਾ 'ਚ ਸਾਡਾ ਅਕਾਊਂਟ ਸੀਜ਼ ਕਰੀ ਉੜਿਆ, ਕਾਂਗਰਸ ਪਾਰਟੀ ਦਾ ਅਕਾਊਂਟ ਸੀਜ਼ ਕਰੀ ਉੜਿਆ, ਜਾਣ ਨਾ ਕਿੱਥੇ ਜਾਂਦੇ ਨੇ। ਲੇਕਿਨ ਕੁਛ ਤਾਂ ਬੁੱਧੀ ਜਿਹਦੀ ਹੈ ਨਾ, ਜਿਹੜੇ ਲੋਕ ਆਖਦੇ ਕਿ ਅਸੀਂ ਆਪਣਾ ਸਾਰਾ ਕੁਛ ਵੇਚੀ ਵੀ ਤੁਸੀਂ ਚਲਾਉਣਗੇ, ਪਰ ਚਲਾਇਆ। ਔਰ ਇਹ ਜਿਹੜੇ ਆਖਦੇ 400 ਪਾਰ, 250 ਵੀ ਰੋਹਰ ਰਹੀ ਹੈ, ਤੇ ਥੋੜ੍ਹੇ ਦਿਨ ਦੀ ਗੱਲ ਹੈ, ਹੁਣ ਤੁਸੀਂ ਦੇਖੀ ਲਾਇਓ ਪਲਟਾ ਕਿਵੇਂ ਲੱਗਦਾ ਇਹਨੇ। ਬਸ ਇਹੀ ਗੱਲ ਹੈ ਕਿ ਚੋਣੀ ਹੋ ਰਹੀ ਜੀ, ਪਲੀਜ਼ ਤੁਸੀਂ, ਚਲੋ ਮੈਂ ਤੁਹਾਡਾ ਇੱਕ ਅਜੀਜ਼ ਹਾਂ, ਛੋਟਾ ਭਰਾ ਵੀ ਆਏ ਹਾਂ, ਕਿਸੇ ਦਾ ਹੋ ਸਕਦਾ ਤਾਇਆ ਚਾਚਾ ਲੱਗਦਾ ਹੋਵਾਂ, ਲੇਕਿਨ ਚੀਜ਼ ਇਹ ਹੈ ਕਿ ਕੋਈ ਆਦਮੀ ਪਿੱਛੇ ਨਹੀਂ ਰਹੋ, ਕਿਉਂਕਿ ਪਿੱਛੇ ਰਹਿਣਾ ਮਤਲਬ ਅਸੀਂ ਧੋਖਾ ਹੋ ਸਕਦਾ। ਇੱਕ ਹੈ, ਦੋ ਹੈ, 10 ਨੇ 20 ਨੇ, ਉਹ ਬੋਰਡ ਜਿਹੜੇ ਨਾ ਭਾਵੇਂ ਉਹਨੇ ਆਪਣੀ ਗੱਡੀ 'ਚ ਦੂਗੇ ਦੀ ਗੱਡੀ 'ਚ ਮੰਗੀ ਹੈ ਗੱਡੀ, ਅਸੀਂ ਇੱਥੇ ਹੈ ਨਾ, ਅਸੀਂ ਟੀਮਾਂ ਵੰਡਾਂਗੇ ਤਾਂ ਕਿ ਦੇਖੋ 2 ਪੋਲਿੰਗ ਸਟੇਸ਼ਨ ਸਾਡੇ ਇੱਥੇ ਉੱਪਰਲੇ ਹਾਲ 'ਚ, 3 ਸਕੂਲ 'ਚ, ਠੀਕ ਹੈ ਨਾ, ਔਰ 45, 46, 47, 48, 49 ਮੈਂ ਇਹਨੇ ਪਹਿਲਾਂ ਵੀ ਸੁਣਾਈ ਚੁੱਕਿਆ, ਦੁਬਾਰਾ ਰਿਪੀਟ ਕਰਾਂਗੇ, ਅੱਛੇ ਨਹੀਂ ਲੱਗਦਾ। ਅੱਛਾ 3 ਗੁਣਾ ਬੋਰਡ BJP ਕੋਲ ਜ਼ਿਆਦਾ ਲੈਦਾ ਇੱਥੇ, ਤੇ ਇਸ ਵਾਰੀ ਅਗਰ ਅਸੀਂ ਸੋਚਣੇ ਆ ਕਿ ਅਸੀਂ ਹੋਰ ਪਲੱਸ ਕਰਚਾ ਤੇ ਉਹ ਹੈ ਪਰਸੈਂਟੇਜ ਵਧਾ ਕੇ, ਤੇ ਅਸਾਂ ਲੋਕਾਂ ਜਿਹੜਾ ਆ ਉਹ ਜਾਗੇ। ਦੂਆ ਮੈਂ ਰਿਕੁਐਸਟ ਕਰਾਂਗਾ ਇਹਦੇ ਅੱਗੇ, ਇਹਦੇ ਜਿਹੜੇ ਗੌਰ ਹੈ, ਇਹ ਮੈਂ ਬੇਸ਼ੱਕ ਦੱਸਣਾ, ਇਹ ਜਿਹੜੇ ਗੌਰ ਹੈ ਇਹਦੇ 'ਚ, ਇਹਨੇ ਕਸਮ ਖਾਧੀ ਦੀ ਹੈ ਕਿ ਕਮਲ ਜੀ ਅਗਰ ਕੁਦਾ ਬਣੀਏ ਸਰਕਾਰ 'ਚ ਬਹੀਏ ਤਾਂ ਤੁਸੀਂ ਦੱਸਾਂਗੇ ਇਹ ਰੈਗੂਲੇਸ਼ਨ ਜਿਹੜੀਆਂ ਇਹ ਕਲੋਨੀਆਂ ਨੇ ਰੈਗੂਲਾਈਜ਼ ਕਿਵੇਂ ਨਹੀਂ ਹੁੰਦੀਆਂ। ਅਸੀਂ ਵੱਡੀ ਮਾਰ ਲੱਗਾ ਦੀ ਹੈ, ਅਸੀਂ ਉੱਥੇ ਲੱਗਾ ਦੀ ਹੈ, ਇਹ ਆਪਣੇ ਮੂੰਹ ਖਾਂਦੇ ਹੈ ਕਿ ਮੈਂ ਤੁਹਾਡੇ ਅੱਗੇ ਇਆਂ ਐਜ਼ ਏ ਭਰਾ ਲਾ ਲਓ ਜਾਂ ਕੁਛ ਵੀ ਲਾ ਲਓ, ਮੈਂ ਨਿਵੇਦਨ ਕਰਨਾ ਤੁਹਾਡੇ ਅੱਗੇ ਕਿ ਇਸ ਮੰਗ ਕੀ ਰੋਟੀ ਭਲਿਆ ਅਸੀਂ ਘੱਟ ਦਿਓ, ਲੇਕਿਨ ਇਸ ਮੰਗ ਹੀ ਅਸੀਂ ਜੰਜਾਲੇ ਜਾਂ ਕੱਢੋ, ਕਿਉਂਕਿ ਮੈਂ ਤਾਂ ਇੱਥੋਂ ਦਾ ਰਹਿਣੇ ਵਾਲਾ ਹੈ, ਠੀਕ ਹੈ ਨਾ, ਲੇਕਿਨ ਜਿਹੜੇ ਸਾਡੇ ਭਰਾ ਮਜ਼ਬੂਰੀ ਕਾਰਨ ਕੁਦੈ ਮਾਈਗ੍ਰੈਂਟ ਹੋ ਜਾਂ ਆਏ ਦੇ ਨਾ, ਤੇ ਇਸ ਵੇਲੇ ਉਹ ਇੰਨੀ ਪਰੇਸ਼ਾਨੀ 'ਚ ਇਹ ਜਲਾ ਆਏ 90 'ਚ, ਤੇ ਲੇਕਿਨ ਕੰਡੀਸ਼ਨ ਇਹ ਹੈ ਕਿ ਅਗਰ ਤੁਸੀਂ ਸਾਡਾ ਸਾਥ ਦੇ ਉੜਿਆ, ਮੀ ਪੂਰੀ ਮਜ਼ਦ ਹੈ, ਜਿਸ ਹਿਸਾਬ ਦਾ ਤੁਹਾਡਾ ਸਟੂਡੈਂਟ ਲਾਈਫ ਰਹੀ ਹੈ,
ਔਰ ਅੱਜ ਹੈ। ਤੰਗੀ ਲੱਗਦੀ ਹੈ ਕੁਸੇ ਖੌਰੀ ਗੱਲ ਕਰਦੇ ਨੇ, ਇਹ ਮੈਂ ਸੁਣਾਉਣਾ ਤੁਸੀਂ, ਖੌਰੀ ਗੱਲ ਕਰਦੇ ਨਾ, ਲੇਕਿਨ ਉਹ ਸਿਆਸੀ ਗੋਲ ਮੋਲ ਗੱਲ ਨਹੀਂ ਹੁੰਦੀ, ਉਹ ਸਮਝ ਲਓ ਕਿ ਇਹ ਫੱਟ ਹੈ। ਤੇ ਇਸ ਵਾਸਤੇ ਇਹ ਹੈ ਕਿ ਮੈਂ ਹੋਰ ਵੀ ਕੁਛ ਬੋਲਣਾ, ਮੈਂ ਸਾਰੇ ਅੱਗੇ ਇਹ ਨਿਵੇਦਨ ਕਰਨਾ ਕਿ ਬੇਨਤੀ ਹੈ, ਹੱਥ ਜੋੜੀ ਹੈ, ਜਿਹੜਾ ਵੀ ਜਿੱਥੇ ਵੀ ਰਿਸ਼ਤੇਦਾਰੀ ਆਏ ਹੈ, ਹੈ ਨਾ, ਭੱਲਾ ਸਾਹਿਬ ਸਾਡੇ ਖੜੋਤੇ ਦੇ ਨਾ, ਆਪਣੀ ਕੋਸ਼ਿਸ਼ ਕਰਿਓ, ਟਾਈਮ ਕੱਢੀਏ, ਰਿਸ਼ਤੇਦਾਰੀ 2 ਵੋਟ 10 ਵੋਟ 20 ਵੋਟ ਉਹ ਉਹਨੇ ਵੀ ਪਾਉਣੇ ਚਾਹੀਦੇ ਤਾਂ ਕਿ ਸਾਡੀ ਇੱਕ ਜਮਾਤ ਮਜ਼ਬੂਤ ਜਮਾਤ ਬਣੇ। ਧੰਨਵਾਦ, ਜੈ ਹਿੰਦ। ਮੇਰੇ ਅਜ਼ੀਜ਼ ਭਾਈਓ, ਦੋਸਤੋ, ਬਜ਼ੁਰਗੋ, ਟੋਨੀ ਸਿੰਘ ਜੀ, ਸਾਡੇ ਸਰਪੰਚ ਸਾਹਿਬ, ਸਾਡੇ ਕਾਰਪੋਰੇਟਰ ਸਾਹਿਬ, ਆਦਾਬ, ਨਮਸਕਾਰ, ਅਸਲਾਮ ਵਾਲੇਕੁਮ, ਸਤਿ ਸ਼੍ਰੀ ਅਕਾਲ। ਅੱਜ ਇੱਕ ਸਮਾਂ ਸਾਨੂੰ ਹੋਰ ਮਿਲਿਆ ਹੈ ਬਰਾਦਰੀ ਭਾਈਚਾਰੇ ਦੀ ਇੱਕ ਡੋਰ ਵਿੱਚ ਤਰੋਣ ਦਾ। ਇਹ ਸਾਡੇ ਲਈ ਇਮਤਿਹਾਨ ਹੈ ਕਿਉਂਕਿ ਟੋਨੀ ਸਾਹਿਬ, ਇਹ ਜਲਸਾ ਜਿੱਥੇ ਰੱਖਿਆ ਗਿਆ ਪਰਪਲ ਇਸ ਕਰਕੇ ਰੱਖਿਆ ਗਿਆ, ਜਿਸ ਗਲੀ 'ਚੋਂ ਤੁਸੀਂ ਆਏ ਹੋ, ਸਾਡੀ ਜ਼ੁਲਮ ਤੇ ਮੁਸੀਬਤ ਜਿਹੜੀ ਸਾਡੇ ਢਾਈ ਗਈ ਹੈ, ਉਸ ਸਾਹਮਣੇ ਇੱਕ ਜਿਹੜਾ ਸ਼ੋਰੂਮ ਸੀ ਉਹ ਤਹਿਸ ਤਹਿਸ ਨਹਿਸ ਕਰ ਦਿੱਤਾ ਗਿਆ ਐਲ ਜੀ ਹਕੂਮਤ ਨੇ। ਇਹ ਜਿਹੜਾ ਇਲਾਕਾ ਹੈ ਛਨੀ ਰਾਮਾ, ਸੁੰਜਵਾ, ਬਠੰਡੀ, ਇਹ ਐਡਮਿਨਿਸਟ੍ਰੇਸ਼ਨ ਦੀ ਅੱਖਾਂ ਦੇ ਵਿੱਚ ਕਿਟਲ ਗਹਿ, ਜਿਸ ਤਰ੍ਹਾਂ ਦੀ ਕੋਈ ਕੱਟਾ ਚਲਾ ਜਾਵੇ, ਇਸ ਤਰ੍ਹਾਂ ਦੀ ਇਹ ਕੱਟਾ ਹੈ ਉਹਨਾਂ ਦੀ ਅੱਖਾਂ ਵਿੱਚ। ਕੋਈ ਵੀ ਗੱਲ ਕਿਤੇ ਜੰਮੂ ਵਿੱਚ ਹੁੰਦੀ ਹੈ ਤੇ ਨਜ਼ਰ ਰਹਿਣੀ ਨੇ ਇਸ ਇਲਾਕੇ ਤੇ, ਕਿਉਂਕਿ ਇਸ ਇਲਾਕੇ ਵਿੱਚ ਕੁਛ ਜਿਹੜੀਆਂ ਕਮਿਊਨਿਟੀਆਂ ਵਸ ਰਹੀਆਂ ਨੇ, ਹਾਲੀ ਹੋ ਦੇਸ਼ ਪ੍ਰਸਤ ਨੇ, ਉਹਨਾਂ ਦੀਆਂ ਕੁਰਬਾਨੀਆਂ ਨੇ ਦੇਸ਼ ਦੇ ਵਾਸਤੇ, ਲੇਕਿਨ ਉਹਨਾਂ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾਂਦਾ ਹੈ ਤੇ ਉਹੀ ਜਿਹੜਾ ਵਰਤਾਵ ਵਰਤਿਆ ਹੈ ਇੱਥੇ ਪਿਛਲੇ ਸਾਲ ਵਿੱਚ, ਉਹਦੇ ਅਸੀਂ ਸ਼ਿਕਾਰ ਹੋਏ ਹਾਂ। ਇਹ ਗੱਲ ਤੇ ਅਸੀਂ ਬਾਅਦ ਵੀ ਕਰਾਂਗੇ, ਲੇਕਿਨ ਅੱਜ ਜਿਹੜੀ ਗੱਲ ਹੈ ਉਹ ਹੈ ਇਲੈਕਸ਼ਨ ਦੀ। ਵੀਰੋ, ਅੱਜ ਸਾਨੂੰ ਮੌਕਾ ਮਿਲਿਆ ਹੈ, ਅੱਜ ਅਸੀਂ ਨੌਜਵਾਨ ਵੀਰ ਟੋਨੀ ਜੀ ਨੂੰ ਇੱਥੋਂ ਜਿਤਾ ਕੇ, ਕਿਉਂਕਿ ਇਹਨਾਂ ਦੇ ਕੰਮ ਦੇ ਬਾਰੇ ਸਾਨੂੰ ਬਹੁਤ ਕੁਛ ਚਰਚਾ ਸੁਣੀ ਹੈ, ਜੇ ਨਹੀਂ ਸੁਣੀ ਤੇ ਤੁਸੀਂ ਆਰਸਪੁਰ ਇਲਾਕੇ ਜਾ ਕੇ ਉੱਥੋਂ ਪੁੱਛ ਸਕਦੇ ਹੋ ਕਿ ਟੋਨੀ ਜੀ ਕਿਸ ਕਿਸਮ ਦੇ ਆਦਮੀ ਨੇ ਤੇ ਕਿਸ ਤਰ੍ਹਾਂ ਕੰਮ ਕਰਦੇ ਨੇ। ਅਸੀਂ ਸਾਡਾ ਫਰਜ਼ ਬਣਦਾ ਹੈ ਇਸ ਵਕਤ ਕਿ ਸਾਨੂੰ ਮੌਕਾ ਮਿਲਿਆ ਹੈ ਉਹਨਾਂ ਤਾਕਤਾਂ ਨੂੰ ਜਿਹੜੀਆਂ ਸਾਡੇ ਬਰਾਦਰੀ ਭਾਈਚਾਰੇ ਨੂੰ ਦੁਫਾੜ ਕਰਨੀਆਂ ਚਾਹੁੰਦੀਆਂ ਨੇ, ਜਿਹੜੇ ਸਾਡੇ ਮਜ਼ਹਬ ਤੇ ਡਿਵਾਈਡ ਕਰਨਾ ਚਾਹੁੰਦੀਆਂ ਨੇ ਸਾਨੂੰ, ਅਸੀਂ ਉਹਨਾਂ ਨੂੰ ਇੱਕ ਜਵਾਬ ਦੇਈਏ। ਇੱਥੋਂ ਇਹ ਨਮਾਸ ਅਸੀਂ ਜਿਹੜਾ ਵੋਟ ਹੈ ਉਹ ਇਹਦੇ ਫੇਵਰ ਵਿੱਚ ਦੇ ਕੇ ਅਸੀਂ ਇਹਨਾਂ ਨੂੰ ਕਾਮਯਾਬ ਕਰੀਏ। ਇੱਕ ਬੇਨਤੀ ਮੈਂ ਜ਼ਰੂਰ ਕਰਾਂ, ਇਲਾਕਾ ਬਹੁਤ ਬੜਾ ਹੈ, ਸ਼ਾਇਦ ਟੋਨੀ ਜੀ ਹਰ ਘਰ ਨਹੀਂ ਪਹੁੰਚ ਸਕਦੇ। ਜਿਹੜੇ ਤੁਸੀਂ ਸਾਰੇ ਇੱਥੇ ਬੈਠੇ ਹੋ, ਸਾਰੇ ਮਿਸ਼ਨਰੀਜ਼ ਬਣੋ, ਜਿਸ ਜਗ੍ਹਾ ਵੀ ਤੁਸਾਂ ਦੀ ਅਪਰੋਚ ਹੈ, ਇਸ ਜਿੱਥੇ ਸਾਡੇ ਵੋਟਰ ਨੇ ਉੱਥੇ ਮੈਸੇਜ ਦਿਓ ਕਿ ਅੱਜ ਦੀ ਵਾਰ ਅਸੀਂ ਟੋਨੀ ਜੀ ਨੂੰ ਜਿਤਾ ਕੇ ਇੱਥੋਂ ਕਾਂਗਰਸ ਦਾ ਜਿਹੜਾ ਕੈਂਡੀਡੇਟ ਸਾਨੂੰ ਮਿਲਿਆ ਹੈ ਉਹਨੂੰ ਕਾਮਯਾਬ ਕਰਕੇ, ਅਸੀਂ ਚਾਹੁੰਦੇ ਹਾਂ ਕਿ ਜਿਹੜਾ ਸਾਡਾ ਸਭ ਤੋਂ ਬੜਾ ਮੁਤਾਲਬਾ ਇਸ ਏਰੀਏ ਦਾ ਹੈ, ਸਾਡੀ ਜ਼ਮੀਨਾਂ ਦਾ, ਔਰ ਬਾਕੀ ਰੋਡ ਹੀ ਬਣ ਜਾਣੇ ਨੇ, ਗਲੀਆਂ ਬਣ ਜਾਣੀਆਂ ਨੇ, ਬਿਜਲੀ ਵੀ ਆ ਜਾਣੀ ਹੈ, ਉਹ ਗੌਰਮੈਂਟ ਨੇ ਜਿਹੜੀ ਦੇਣੀ ਹੈ, ਕਿਉਂਕਿ ਸਾਡਾ ਇਨਕਮ ਟੈਕਸ ਦਾ ਪੈਸਾ ਹੈ, ਅਸੀਂ ਟੈਕਸ ਦਿੰਦੇ ਹਾਂ, ਉਹ ਗੌਰਮੈਂਟ ਨੇ ਸਾਡੇ ਕੋਈ ਉਹ ਉਬਾਲਾ ਨਹੀਂ ਰੱਖਣਾ। ਸੋ ਅਸੀਂ ਇੱਕੋ ਇੱਕ ਡਿਮਾਂਡ ਲੈ ਕੇ ਇਹਨਾਂ ਕੋਲ ਜਾਵਾਂਗੇ, ਸਾਨੂੰ ਜਿਹੜੀ ਪਰੇਸ਼ਾਨੀ ਹੈ ਉਹ ਦੂਰ ਕਰਨਗੇ। ਸੋ ਅੱਜ ਅਸੀਂ ਯਕੀਨ ਦਵਾਉਂਦੇ ਹਾਂ ਟੋਨੀ ਜੀ ਨੂੰ ਕਿ ਇਸ ਇਲਾਕੇ ਦਾ ਸਾਰਾ ਵੋਟ ਜਿਹੜਾ ਅਸੀਂ ਕੋਸ਼ਿਸ਼ ਕਰਾਂਗੇ, ਇੱਕ ਤੇ 1 ਅਕਤੂਬਰ ਨੂੰ ਸਾਰੇ ਵੋਟ ਆਦੇ ਨਿਸ਼ਾਨ ਤੇ ਵੋਟ ਦੇ ਕੇ ਇਹਨਾਂ ਨੂੰ ਕਾਮਯਾਬ ਕਰਨਾ ਹੈ। ਰਿਸ਼ਤੇਦਾਰ, ਯਾਰ, ਦੋਸਤ ਕੋਈ ਵੀ ਕਿਤੇ ਰਹਿੰਦੇ, ਕਰਾਂਗਾ ਤਜੀਮ ਚੌਧਰੀ ਜੀ ਨੂੰ, ਲੇਕਿਨ ਇੱਕ ਬੇਨਤੀ ਫਿਰ ਕਰਾਂਗਾ ਕਿ ਆਪ ਥੋੜੇ ਸਮੇਂ ਦੇ ਵਿੱਚ ਹੀ ਆਪਣੇ ਵਿਚਾਰ ਰੱਖੇ ਜਾਣ, ਕਿਉਂਕਿ ਇਹਨਾਂ ਨੇ ਬਹੁਤ ਜਗ੍ਹਾ ਦੇ ਵਿੱਚ ਜਾਣਾ ਹੈ। ਆਜ ਕੇ ਮਹਿਮਾਨ ਖਸੂਸੀ
اور یہاں آئے ہوئے افراد سب اس چیز سے یہاں ہیں واقف ہیں کہ آج ہمارا اس بات سے سب واقف ہیں کہ آج صرف اور صرف اسمبلی الیکشن کے سلسلے میں ہم لوگ اکٹھے ہیں. تاریخ کا بھی اعلان ہو چکا ہوا ہے, سبھی لوگ اسی بات کے لیے زور دیں گے. تو واحد یہی ہے کہ ہم نے آنے والی تاریخ کو کانگریس کے نشان پر بٹن دبا کے ہم نے ووٹ دینا ہے. میں تھوڑا سا اس میں ٹونی جی کی بھی توجہ دلاؤں گا اور باقی بھی, تو ادھر ادھر کی نہ بات کر, یہ بتا قافلہ کہاں لوٹا. مجھے راہ زنوں سے گلا نہیں, تیری رہبری کا سوال ہے. کہتے ہیں جب کسی جگہ سے کوئی رشتہ لیا جاتا ہے اس لڑکی کے متعلق شان بھی کی جاتی ہے, تو دیکھتے ہیں اس کی پھوپھی جس گھر میں شادی ہوئی ہے کیسے گھر کو نبھا رہی ہے, اس کی جو ماسیاں ہیں وہ کیسے نبھا رہی ہیں. تو ہم نے بھی ٹونی صاحب کا یہ سارا بایو ڈاٹا کلیکٹ کیا, اور بایو ڈاٹا کلیکٹ کرنے پر پایا کہ بہترین گھر کی ہمیں جو چیز مل رہی ہے اس کو ہم خوش آمدید کہتے ہیں. اور اس کے ساتھ ساتھ میں یہ بھی بتا دوں, یہاں کے حالات نے مجبور کیا ہوا تھا اور ہم اس انتظار میں تھے کہ الیکشن کمیشنر آف انڈیا کب اعلان کرے اور ہم پبلک کی خدمت کے لیے آگے نکلے. تو بڑا اچھا فیصلہ ہماری کانگریس پارٹی اور کولیشن گورنمنٹ جو اس وقت ہے این سی, فیصلہ کر کے جب وہ آگے انہوں نے اپنے نمائندے دیے تو یہ چیز زندہ آباد ترنجیت سنگھ جی ٹونی اتے مسلم برادری تو سرپنچ صاحبان پنج صاحبان اتے کارپیٹر بھیجے سارے دے نام لیواں تے بڑا ٹائم لگ جاوے گا.